ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਦੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਇੱਕ ਹੋਰ ਟੈਰੋ ਕਾਰਡ ਰੀਡਿੰਗ ਦੀ ਵੀਡੀਓ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਦੀ ਰੀਡਿੰਗ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ, ਸ਼ਰਾਧ ਚੱਲ ਰਹੇ ਹਨ। 17 ਸਤੰਬਰ ਤੋਂ ਜੋ ਕਿ ਸ਼ੁਰੂ ਹੋ ਗਏ ਸੀ ਅਤੇ 2 ਅਕਤੂਬਰ ਤੱਕ ਰਹਿਣਗੇ। ਅਤੇ ਅੱਜ ਦੀ ਸਾਡੀ ਰੀਡਿੰਗ ਦਾ ਟੋਪਿਕ ਹੀ ਇਹ ਹੈ ਕਿ ਸਾਡੇ ਪੂਰਵਜ ਸਾਨੂੰ ਕੀ ਕਹਿਣਾ ਚਾਹੁੰਦੇ ਹਨ, ਠੀਕ ਹੈ, ਸਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਨ, ਕੀ ਗਾਈਡੈਂਸ ਦੇਣਾ ਚਾਹੁੰਦੇ ਹਨ। ਅਤੇ ਕੁਝ ਐਸੀਆਂ ਗੱਲਾਂ ਜੋ ਮੈਨੂੰ ਵੀ ਨਹੀਂ ਪਤਾ ਕਿ ਅੱਜ ਦੀ ਰੀਡਿੰਗ ਵਿੱਚ ਕੀ ਹੋ ਸਕਦਾ, ਪਰ ਮੇਰਾ ਮੈਂ ਕਹਿ ਲਓ ਕਿ ਇੰਟਿਊਸ਼ਨਸ ਮੇਰੇ ਕਹਿ ਰਹੇ ਹਨ ਕਿ ਕਾਫੀ ਕੁਝ ਗੱਲਾਂ ਅੱਜ ਨਿਕਲ ਕੇ ਰੀਡਿੰਗ ਵਿੱਚ ਬਾਹਰ ਆਉਣਗੀਆਂ। ਤੋ ਮੈਂ ਤੁਹਾਨੂੰ ਕਹਾਂਗੀ ਕਿ ਜੇ ਇਹ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ, ਜੇ ਇਹ ਰੀਡਿੰਗ ਤੁਸੀਂ ਪੂਰੀ ਸੁਣ ਪਾ ਰਹੇ ਹੋ, ਤਾਂ ਤੁਸੀਂ ਬਹੁਤ ਜ਼ਿਆਦਾ ਕਿਸਮਤ ਵਾਲੇ ਹੋ, ਠੀਕ ਹੈ। ਕਿਉਂਕਿ ਜੇ ਇਹ ਤੁਹਾਡੇ ਪੂਰਵਜ ਖੁਸ਼ ਹੋ ਕੇ 16 ਦਿਨਾਂ ਬਾਅਦ ਜਦੋਂ 2 ਅਕਤੂਬਰ ਸ਼ਰਾਧਾਂ ਦਾ ਸਮਾਂ ਖਤਮ ਹੋ ਜਾਏਗਾ, ਖੁਸ਼ ਹੋ ਕੇ ਜਾਣਗੇ, ਤਾਂ ਤੁਹਾਨੂੰ ਇੰਨਾ ਆਸ਼ੀਰਵਾਦ ਦੇ ਕੇ ਜਾਂਦੇ ਹਨ ਕਿ ਤੁਹਾਡੇ ਜੀਵਨ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਨਾ, ਉਹ ਖਤਮ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਮੈਂ ਰੀਡਿੰਗ ਦੇ ਅੰਤ ਵਿੱਚ ਤੁਹਾਨੂੰ ਦੱਸਾਂਗੀ ਕਿ ਜੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਨਾ ਆਪਣੇ ਪੂਰਵਜਾਂ ਵਾਸਤੇ, ਠੀਕ ਹੈ, ਇੱਕ ਚੀਜ਼ ਜ਼ਰੂਰ ਕਰਨੀ ਹੈ, ਉਹ ਮੈਂ ਤੁਹਾਨੂੰ ਵੀਡੀਓ ਦੇ ਅੰਤ ਵਿੱਚ ਦੱਸਾਂਗੀ। ਅਤੇ ਚਲੋ ਜੀ, ਰੀਡਿੰਗ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲੇ ਪਾਇਲ ਨੰਬਰ 1, ਪਾਇਲ ਨੰਬਰ 2 ਚੁਣ ਲਵੋ ਜੀ। ਇਹ 2 ਮੋਮਬੱਤੀਆਂ ਮੈਂ ਤੁਹਾਡੇ ਵਾਸਤੇ ਅੱਜ ਲੈ ਕੇ ਆਈ ਹਾਂ। ਇੱਕ ਹਰੇ ਰੰਗ ਦੀ ਕੈਂਡਲ, ਠੀਕ ਹੈ, ਪਾਇਲ ਨੰਬਰ 1, ਅਤੇ ਦੂਸਰੇ ਨੰਬਰ 'ਤੇ ਇਹ ਔਰੇਂਜ ਕਲਰ ਦੀ ਕੈਂਡਲ, ਯਾਨੀ ਕਿ ਪਾਇਲ ਨੰਬਰ 2 ਸੰਤਰੀ ਰੰਗ ਦੀ ਕੈਂਡਲ। ਇਹਨਾਂ ਦੋਨਾਂ ਦੇ ਵਿੱਚੋਂ ਜੋ ਤੁਹਾਨੂੰ ਅਟਰੈਕਟ ਕਰ ਰਹੀ ਹੈ, ਠੀਕ ਹੈ, ਉਸ ਕੈਂਡਲ ਨੂੰ ਤੁਸੀਂ ਚੂਜ਼ ਕਰ ਲੈਣਾ ਹੈ ਅਤੇ ਆਪਣੇ ਅੱਖਾਂ ਨੂੰ ਬੰਦ ਕਰਕੇ ਤੁਸੀਂ ਆਪਣੇ ਪੂਰਵਜਾਂ ਨੂੰ ਯਾਦ ਕਰਨਾ ਹੈ। ਅਤੇ ਚਲੋ ਜੀ, ਤੁਸੀਂ ਚੂਜ਼ ਕਰ ਲਓ ਜਲਦੀ ਤੋਂ, ਪਾਇਲ ਨੰਬਰ 1, ਪਾਇਲ ਨੰਬਰ 2। ਓਕੇ ਜੀ, ਮੈਨੂੰ ਉਮੀਦ ਹੈ ਤੁਸੀਂ ਪਾਇਲ ਨੰਬਰ 1, ਪਾਇਲ ਨੰਬਰ 2 ਚੂਜ਼ ਕਰ ਲਿੱਤਾ ਹੋਏਗਾ। ਅਤੇ ਸਭ ਤੋਂ ਪਹਿਲੇ ਅਸੀਂ ਦੇਖਾਂਗੇ ਪਾਇਲ ਨੰਬਰ 1 ਵਾਲਿਆਂ ਦੀ ਰੀਡਿੰਗ, ਜੋ ਕਿ ਹਰੀ ਮੋਮਬੱਤੀ ਜਿਨ੍ਹਾਂ ਨੇ ਚੁਣੀ ਹੈ, ਉਹਨਾਂ ਦੇ ਪੂਰਵਜ ਤੁਹਾਨੂੰ ਕੀ ਕੁਝ ਕਹਿਣਾ ਚਾਹੁੰਦੇ ਹਨ, ਉਹ ਤੁਹਾਡੇ ਤੋਂ ਕਿਸ ਤਰ੍ਹਾਂ ਖੁਸ਼ ਹਨ, ਤੁਹਾਨੂੰ ਬਲੈਸਿੰਗਸ ਦੇ ਰਹੇ ਹਨ, ਉਹ ਸਭ ਅਸੀਂ ਅੱਜ ਦੀ ਰੀਡਿੰਗ ਵਿੱਚ ਦੇਖਣ ਵਾਲੇ ਹਾਂ। ਓਕੇ, ਪਲੀਜ਼ ਯੂਨੀਵਰਸ ਗਾਈਡਸ ਫੋਰ ਪਾਇਲ ਨੰਬਰ 1। ਓਕੇ, ਪੂਰੇ ਕਾਰਡਸ ਹੀ ਮੈਂ ਕੱਢਾਂਗੀ, ਠੀਕ ਹੈ, ਤਾਂ ਕਿ ਬਾਅਦ ਵਿੱਚ ਪੂਰਾ ਤੁਹਾਨੂੰ ਡਿਟੇਲ ਵਿੱਚ ਮੈਂ ਪਾਇਲ ਨੰਬਰ 1 ਵਾਲਿਆਂ ਨੂੰ ਸਮਝਾ ਸਕਾਂ। ਅਤੇ ਚਲੋ ਜੀ, ਦੇਖੋ ਪਾਇਲ ਨੰਬਰ 1, ਸਭ ਤੋਂ ਪਹਿਲੇ ਜੋ ਇੱਥੇ ਮੈਸੇਜ ਨਿਕਲ ਕੇ ਆ ਰਿਹਾ ਹੈ ਉਹ ਇਹ ਹੈ ਕਿ ਤੁਸੀਂ ਲੋਕ ਨਾ, ਜਿਸ ਤਰ੍ਹਾਂ ਕਿ ਕੋਈ ਚਾਹੁੰਦਾ ਹੈ ਕਿ ਮੈਂ ਕੋਈ ਮੰਦਿਰ ਬਣਵਾਵਾਂ ਜਾਂ ਕੋਈ ਗੁਰਦੁਆਰਾ ਬਣਵਾਵਾਂ, ਹੈ ਨਾ, ਛੋਟਾ ਜਿਹਾ ਆਪਣਾ, ਜਿਸ ਤਰ੍ਹਾਂ ਕਿ ਕਈ ਖੁਆਇਸ਼ ਹੁੰਦੀ ਹੈ ਕਈਆਂ ਦੀ, ਠੀਕ ਹੈ, ਅਤੇ ਉਹ ਤੁਸੀਂ ਸੋਚ ਰਹੇ ਹੋ, ਹੈ ਨਾ, ਤੁਹਾਡੇ ਮਨ ਦੀ ਜਿਵੇਂ ਕਹਿ ਸਕਦੇ ਹੋ ਕਿ ਦਿਲੀ ਇੱਛਾ ਹੈ ਕਿ ਮੈਂ ਆਪਣੇ ਪੂਰਵਜਾਂ ਦੇ ਨਾਮ ਦਾ ਕੁਛ ਦਾਨ ਪੁੰਨ ਕਰਾਂ ਜਾਂ ਕੋਈ ਚੈਰਿਟੀ ਜਾਂ ਤੁਸੀਂ ਬਹੁਤ ਕਰਦੇ ਹੋ, ਇਸ ਤਰ੍ਹਾਂ ਦਾ ਹੈ, ਤੁਹਾਡੇ ਦਿਮਾਗ ਵਿੱਚ ਚੱਲਦਾ ਰਹਿੰਦਾ ਹੈ, ਪਰ ਇਸੀ ਗੱਲ ਦੇ ਉੱਤੇ ਨਾ ਤੁਹਾਡੇ ਪੂਰਵਜ ਤੁਹਾਨੂੰ ਬਲੈਸਿੰਗਸ ਦੇ ਰਹੇ ਹਨ, ਆਸ਼ੀਰਵਾਦ ਦੇ ਰਹੇ ਹਨ ਕਿ ਤੁਸੀਂ ਉਹਨਾਂ ਵਾਸਤੇ ਇੰਨਾ ਕੁਝ ਸੋਚ ਰਹੇ ਹੋ ਤਾਂ ਤੁਹਾਡੇ ਤੋਂ ਬੜੇ ਜ਼ਿਆਦਾ ਖੁਸ਼ ਹਨ, ਇਸ ਤਰ੍ਹਾਂ ਦਾ ਮੈਸੇਜ ਨਜ਼ਰ ਆ ਰਿਹਾ ਹੈ। ਅਤੇ ਹੁਣ ਤੱਕ ਤੁਹਾਡੇ ਦਿਮਾਗ ਵਿੱਚ ਸਿਰਫ ਚੱਲ ਰਹੀਆਂ ਸੀ ਇਹ ਚੀਜ਼ਾਂ ਕਿ ਮੈਂ ਕੁਝ ਕਰਾਂ ਆਪਣੇ ਪੂਰਵਜਾਂ ਵਾਸਤੇ, ਪਰ ਹੁਣ ਇਹ ਬਲੈਸਿੰਗਸ ਦੇ ਕੇ ਜਾ ਰਹੇ ਹਨ ਤੁਹਾਡੇ ਪੂਰਵਜ ਕਿ ਹੁਣ ਤੁਸੀਂ ਐਕਸ਼ਨ ਲਵੋਗੇ। ਐਕਸ਼ਨ ਤਾਂ ਤਾਂ ਹੀ ਲੈ ਪਾਓਗੇ ਨਾ ਜੇ ਤੁਹਾਡੇ ਕੋਲ ਐਬੰਡੈਂਸ ਹੋਏਗੀ, ਮਨੀ ਹੋਏਗੀ, ਹੈ ਨਾ,
ਤੇ ਬਸ ਉਹ ਸਮਝ ਲਓ, ਇਨਡਾਇਰੈਕਟਲੀ ਤੁਸੀਂ ਸਮਝ ਲਓ ਕਿ ਉਹ ਹੁਣ ਤੁਹਾਡੇ ਕੋਲ ਆਏਗਾ। ਇਸ ਤਰ੍ਹਾਂ ਦਾ ਮੈਸੇਜ ਪਹਿਲਾਂ ਹੀ ਆਇਆ ਹੈ ਪਾਇਲ ਨੰਬਰ 1। ਇੱਥੇ ਨਾ ਜੋ ਲੋਕ ਮੇਰੀ ਵੀਡੀਓਜ਼ ਦੇਖ ਰਹੇ ਹਨ ਨਾ, ਤਾਂ ਮੈਨੂੰ ਇਸ ਤਰ੍ਹਾਂ ਦੀ ਐਨਰਜੀਜ਼ ਆ ਰਹੀਆਂ ਹਨ ਕਿ ਕੋਈ ਨਾ ਬਹੁਤ ਜ਼ਿਆਦਾ ਪਰੇਸ਼ਾਨ ਹੈ, ਠੀਕ ਹੈ, ਹਰ ਗੱਲ ਨੂੰ ਬਹੁਤ ਜ਼ਿਆਦਾ ਸੀਰੀਅਸਲੀ ਲੈ ਲੈਂਦੇ ਹਨ। ਤਾਂ ਤੁਹਾਡੇ ਪੂਰਵਜ ਜੋ ਹਨ ਨਾ, ਇੱਥੇ ਤੁਹਾਨੂੰ ਮੈਸੇਜ ਦੇ ਰਹੇ ਹਨ ਕਿ ਬਿਲਕੁਲ ਵੀ ਲਾਈਫ ਨੂੰ ਆਪਣੇ ਹਿਸਾਬ ਨਾਲ ਜੀਓ, ਠੀਕ ਹੈ, ਲਾਈਫ ਦਾ ਕੁਝ ਪਤਾ ਨਹੀਂ ਹੁੰਦਾ ਹੈ ਅਤੇ ਇੰਨੀ ਜ਼ਿਆਦਾ ਹਰ ਚੀਜ਼ਾਂ ਨੂੰ ਦਿਲ 'ਤੇ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਹੈ, ਅਸੀਂ ਉੱਪਰ ਬੈਠੇ ਹਾਂ, ਸਭ ਕੁਝ ਸੰਭਾਲ ਲਵਾਂਗੇ। ਇਸ ਤਰ੍ਹਾਂ ਦਾ ਦੇਖੋ ਮੈਸੇਜ ਆ ਰਿਹਾ ਹੈ, ਦੇਖੋ ਮੇਰੇ ਰੋਂਗਟੇ ਖੜ੍ਹੇ ਹੋ ਰਹੇ ਹਨ। ਅੱਜ ਦੀ ਰੀਡਿੰਗ ਹੀ ਕੁਝ ਇਸ ਤਰ੍ਹਾਂ ਦੀ ਹੈ ਗਾਈਜ਼, ਕਿ ਇਹ ਸਭ ਹੋ ਸਕਦਾ ਹੈ ਕਿਉਂਕਿ ਕਿਉਂਕਿ ਦੇਖੋ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜੋ ਜਿਸ ਦੇ ਵਾਸਤੇ ਵੀ ਇਹ ਮੈਸੇਜ ਆਇਆ ਨਾ, ਉਹ ਸਮਝ ਗਿਆ ਹੋਏਗਾ, ਠੀਕ ਹੈ, ਕਿਉਂਕਿ ਇਸ ਵੇਲੇ ਤੁਸੀਂ ਨੋਟਿਸ ਕਰਨਾ, ਜੇ ਤੁਸੀਂ ਪੈਨਿਕ ਹੋ, ਹਰ ਚੀਜ਼ ਨੂੰ ਸੀਰੀਅਸ ਲੈਂਦੇ ਹੋ, ਇਸ ਤਰ੍ਹਾਂ ਪਰੇਸ਼ਾਨ ਹੋ, ਤਾਂ ਅਚਾਨਕ ਹੀ ਤੁਹਾਨੂੰ ਫੀਲ ਹੋਏਗਾ ਕਿ ਤੁਸੀਂ ਥੋੜ੍ਹਾ ਜਿਹਾ ਰਿਲੈਕਸ ਹੋ ਗਏ ਹੋ, ਸਟ੍ਰੈਸ ਫਰੀ ਹੋ ਗਏ ਹੋ, ਪੇਨ ਫਰੀ ਹੋ ਗਏ ਹੋ, ਕਿਉਂਕਿ ਬਲੈਸਿੰਗਸ ਤੁਹਾਨੂੰ ਆਪਣੇ ਪੂਰਵਜਾਂ ਦੀ ਮਿਲੀ ਹੈ ਇੱਥੇ। ਅੱਛਾ ਜੀ, ਓਕੇ, ਇੱਥੇ ਦੇਖੋ ਇੱਕ ਹੋਰ ਮੈਸੇਜ ਆਇਆ ਹੈ ਕਿ ਜੋ ਲੋਕ ਪਾਇਲ ਨੰਬਰ 1, ਤੁਹਾਡੇ ਵਿੱਚੋਂ ਕਿਸੇ ਦੀ ਕੋਈ ਸਮਾਨ ਚੋਰੀ ਹੋ ਗਿਆ ਹੈ, ਕੁਝ ਚੀਜ਼ ਗੁੰਮ ਗਈ ਹੈ, ਠੀਕ ਹੈ, ਓਕੇ, ਗੋਲਡ ਹੀ ਲੱਗ ਰਿਹਾ ਹੈ, ਠੀਕ ਹੈ, ਗੋਲਡ ਦਾ ਹੀ ਮੈਸੇਜ ਆ ਰਿਹਾ ਹੈ, ਕਿਸੇ ਦੀ ਗੋਲਡ ਦੀ ਰਿੰਗ ਕਹਿ ਸਕਦੇ ਹੋ, ਜਾਂ ਫਿਰ ਚਾਂਦੀ ਦੀ ਵੀ ਹੋ ਸਕਦੀ ਹੈ, ਪੈਰ ਦੀ ਝਾਂਜਰ ਪਾਇਲ ਵੀ ਹੋ ਸਕਦੀ ਹੈ, ਕੁਝ ਨਾ ਕੁਝ ਤੁਹਾਡਾ ਸੋਨੇ ਦਾ ਚੋਰੀ ਹੋ ਗਿਆ ਹੈ, ਗੁੰਮ ਹੋ ਗਿਆ ਹੈ, ਹੈ ਨਾ। ਜੇ ਤੁਹਾਡੇ ਨਾਲ ਰੈਜ਼ੋਨੇਟ ਹੋਇਆ ਹੈ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਤਾਂ ਉਹ ਬਹੁਤ ਜਲਦੀ ਮਿਲ ਜਾਏਗਾ। ਇਸ ਤਰ੍ਹਾਂ ਦਾ ਤੁਹਾਡੇ ਵਾਸਤੇ ਮੈਸੇਜ ਆਇਆ ਹੈ। ਦੇਖੋ ਜੀ, ਪਾਇਲ ਨੰਬਰ 1, ਬਹੁਤ ਵੱਡੀ ਗੱਲ ਇੱਥੇ ਸਾਹਮਣੇ ਆਈ ਹੈ। ਹਾਂਜੀ, ਇੱਥੇ ਮੈਨੂੰ ਇਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਕਿ ਜੋ ਮੇਰੀ ਵੀਡੀਓਜ਼ ਦੇਖ ਰਹੇ ਹਨ ਪਾਇਲ ਨੰਬਰ 1, ਉਹਨਾਂ ਵਿੱਚੋਂ ਕੋਈ ਆਪਣਾ ਘਰ ਬਣਾਉਣਾ ਚਾਹੁੰਦਾ ਹੈ, ਠੀਕ ਹੈ, ਕਾਫੀ ਸਮੇਂ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਆਪਣਾ ਘਰ ਹੋ ਜਾਏ, ਕਦੋਂ ਅਸੀਂ ਆਪਣੇ ਘਰ ਵਿੱਚ ਜਾਵਾਂਗੇ, ਤਾਂ ਇੱਥੇ ਤੁਹਾਡੇ ਪੂਰਵਜਾਂ ਦਾ ਤੁਹਾਨੂੰ ਮੈਸੇਜ ਆਇਆ ਹੈ ਕਿ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬੜੀ ਜਲਦੀ ਇਹ ਹੁਣ ਤੁਹਾਡੀ ਇੱਛਾ ਪੂਰੀ ਹੋਣ ਵਾਲੀ ਹੈ। ਦੇਖੋ ਪਾਇਲ ਨੰਬਰ 1, ਤੁਹਾਡੇ ਜਿਹੜੇ ਪੂਰਵਜ ਹਨ ਨਾ, ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹਨ, ਅਤੇ ਕੁਝ ਸ਼ਾਇਦ ਤੁਸੀਂ ਉਹਨਾਂ ਵਾਸਤੇ ਕੁਝ ਕੀਤਾ ਹੈ, ਇਸ ਤਰ੍ਹਾਂ ਦਾ ਮੈਨੂੰ ਫੀਲ ਹੋ ਰਿਹਾ ਹੈ, ਤਾਂ ਇਸ ਕਰਕੇ ਉਹ ਤੁਹਾਨੂੰ ਬਲੈਸਿੰਗਸ ਦੇਣਾ ਚਾਹੁੰਦੇ ਹਨ। ਤੁਹਾਡੀ ਜੋ ਵੀ ਇੱਛਾ ਹੈ ਨਾ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਮੈਨੂੰ ਮਕਾਨ ਬਣਾਉਣ ਦੀ ਤੁਹਾਡੀ ਇੱਛਾ ਪੂਰੀ ਹੁੰਦੀ ਨਜ਼ਰ ਆ ਰਹੀ ਹੈ, ਠੀਕ ਹੈ, ਇਸ ਦੇ ਨਾਲ ਨਾਲ ਤੁਹਾਡੀ ਜਿੱਥੇ ਵੀ ਗਰੋਥ ਤੁਸੀਂ ਚਾਹੁੰਦੇ ਹੋ, ਉਹ ਪੂਰਾ ਉਹਦੇ ਵਿੱਚ ਤੁਹਾਡਾ ਸਾਥ ਦੇਣਗੇ, ਜ਼ਰੂਰ ਤੁਹਾਡੀਆਂ ਉਹ ਇੱਛਾਵਾਂ ਜਲਦੀ ਕਰੀਅਰ ਵਿੱਚ ਹੋਇਆ, ਗਰੋਥ ਵਿੱਚ ਹੋਇਆ, ਜੋ ਵੀ ਤੁਹਾਡਾ ਸੁਪਨਾ ਹੈ ਉਹ ਜਲਦੀ ਪੂਰਾ ਕਰਨਗੇ। ਬਹੁਤ ਹੀ ਜਲਦੀ ਨਾ ਕੁਝ ਚੇਂਜਿਸ ਆਣਗੇ, ਬਦਲਾਵ ਆਏਗਾ, ਅਤੇ ਇਹ ਪੋਜ਼ਿਟਿਵ ਹੈ, ਨੈਗੇਟਿਵ ਨਹੀਂ ਹੈ, ਜੋ ਬਦਲਾਵ ਆਣਗੇ ਨਾ ਉਹ ਨੈਗੇਟਿਵ ਨਹੀਂ ਹੈ, ਪੋਜ਼ਿਟਿਵ ਹੈ। ਤੁਸੀਂ ਨਾ ਸੈਲਫ ਲਵਰ ਬਣ ਰਹੇ ਹੋ, ਜਿਸ ਤਰ੍ਹਾਂ ਕਿ ਆਪਣੇ ਉੱਪਰ ਧਿਆਨ ਦੇਣਾ, ਠੀਕ ਹੈ, ਯੋਗਾ ਕਰਨਾ, ਐਕਸਰਸਾਈਜ਼ ਕਰਨਾ, ਡਾਇਟ ਦੇ ਉੱਤੇ ਆਪਣਾ ਧਿਆਨ ਦੇਣਾ, ਇਸ ਤਰ੍ਹਾਂ ਦਾ ਕੁਛ ਚੇਂਜਿਸ ਆਣਗੇ, ਨਾਲ ਦੇ ਨਾਲ ਇੱਕ ਅਚਾਨਕ ਹੀ ਕੋਈ ਐਸੀ ਤੁਹਾਨੂੰ ਨਿਊਜ਼ ਮਿਲਣ ਵਾਲੀ ਹੈ ਜਿਸ ਦੇ ਨਾਲ ਤੁਸੀਂ ਸ਼ੌਕਿੰਗ ਹੋਣ ਵਾਲੇ ਹੋ, ਇੱਕਦਮ ਹੈਰਾਨ ਹੋਣ ਵਾਲੇ ਹੋ, ਇਸ ਤਰ੍ਹਾਂ ਦਾ ਵੀ ਮੈਸੇਜ ਤੁਹਾਡੇ ਪੂਰਵਜ ਤੁਹਾਨੂੰ ਦੇ ਰਹੇ ਹਨ। ਓਕੇ, ਵਾਓ, ਦੇਖੋ ਜੀ, ਇੱਥੇ ਕਿਸੇ ਦੀ ਝੋਲੀ ਖਾਲੀ ਹੈ ਪਾਇਲ ਨੰਬਰ 1, ਅਤੇ ਤੁਹਾਡੇ ਪੂਰਵਜ ਸਾਫ਼ ਤੌਰ 'ਤੇ ਕ੍ਰਿਸਟਲ ਕਲੀਅਰ ਮੈਸੇਜ ਦੇ ਰਹੇ ਹਨ ਕਿ ਉਹ ਜਾਂਦਿਆਂ ਜਾਂਦਿਆਂ ਤੁਹਾਡੀ ਝੋਲੀ ਭਰ ਕੇ ਜਾਣਗੇ। ਓਕੇ ਓਕੇ,
ਵਾਓ, ਬਹੁਤ ਬਹੁਤ ਵਧੀਆ ਪੋਜ਼ਿਟਿਵ ਮੈਸੇਜ ਆ ਰਹੇ ਹਨ। ਪਾਇਲ ਨੰਬਰ 1 ਬਹੁਤ ਹੀ ਜ਼ਿਆਦਾ ਪੋਜ਼ਿਟਿਵ ਮੈਸੇਜ ਆ ਰਹੇ ਹਨ, ਤੁਸੀਂ ਵੀ ਫੀਲ ਕਰ ਰਹੇ ਹੋਗੇ। ਮੈਂ ਤੁਹਾਨੂੰ ਦੱਸ ਰਹੀ ਹਾਂ, ਮੈਂ ਇੱਥੇ ਐਨਰਜੀਸ ਲਗਾਉਂਦੀ ਹਾਂ, ਤਾਂ ਤੁਹਾਨੂੰ ਵੀ ਐਨਰਜੀਸ ਜ਼ਰੂਰ ਲਗਾਉਣੀਆਂ ਹਨ, ਹੈ ਨਾ। ਕਮੈਂਟਸ ਜ਼ਰੂਰ ਕਰਨਾ ਹੈ, ਠੀਕ ਹੈ। ਮੈਂ ਅੱਜ ਇੰਨਾ ਉਹਦੇ ਵਿੱਚ ਰੀਡਿੰਗ ਵਿੱਚ ਖੋ ਗਈ ਹਾਂ ਕਿ ਮੈਂ ਤੁਹਾਨੂੰ ਇਹ ਵੀ ਨਹੀਂ ਬੋਲਿਆ, ਪਰ ਤੁਹਾਨੂੰ ਪਤਾ ਹੀ ਹੈ। ਜ਼ਰੂਰ ਐਨਰਜੀਸ ਜੋੜੋ, ਕਮੈਂਟ ਕਰੋ, ਓਕੇ, ਬਹੁਤ ਵਧੀਆ, ਓਕੇ ਜੀ। ਦੇਖੋ, ਇੱਥੇ ਤੁਹਾਡੇ ਪੂਰਵਜ ਇਹ ਵੀ ਤੁਹਾਨੂੰ ਸਮਝਾ ਰਹੇ ਹਨ ਕਿ ਜਿਸ ਤਰ੍ਹਾਂ ਕਿ ਚੀਜ਼ਾਂ ਦਾ ਬਦਲਾਵ ਹੋਏਗਾ, ਅਤੇ ਬਦਲਾਵ ਪੋਜ਼ਿਟਿਵ ਹੈ। ਪੋਜ਼ਿਟਿਵ ਬਦਲਾਵ ਦਾ ਮਤਲਬ ਕੀ ਹੈ? ਪੈਸਾ ਆਏਗਾ, ਜੋਬ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਜੋਬ ਉਹਨਾਂ ਨੂੰ ਮਿਲੇਗੀ, ਕਰੀਅਰ ਵਿੱਚ ਗਰੋਥ ਆਏਗੀ। ਤਾਂ ਕਹਿੰਦੇ ਉਹ ਤੁਹਾਨੂੰ ਕਹਿਣਾ ਚਾਹੁੰਦੇ ਹਨ ਕਿ ਬਿਲਕੁਲ ਵੀ ਕਮੰਡ ਆਪਣੀ ਲਾਈਫ ਵਿੱਚ ਨਹੀਂ ਲਿਆਉਣਾ, ਈਗੋ ਨਹੀਂ ਲਿਆਉਣਾ, ਠੀਕ ਹੈ। ਜੇ ਇਹ ਚੀਜ਼ਾਂ ਸਭ ਆ ਰਹੀਆਂ ਹਨ ਤਾਂ ਦੇਖ ਲਓ, ਆਪਣੀ ਨੋਟ ਕਰਕੇ ਰੱਖ ਲਓ, ਠੀਕ ਹੈ। ਕਿਉਂਕਿ ਦੇਖੋ, ਜਿਸ ਤਰ੍ਹਾਂ ਹੀ ਬੰਦੇ ਕੋਲ ਪਾਵਰ ਆਉਂਦੀ ਹੈ, ਬੰਦੇ ਕੋਲ ਪੈਸਾ ਆਉਂਦਾ ਹੈ ਨਾ, ਉਹਦੇ ਵਿੱਚ ਕਮੰਡ ਆ ਹੀ ਜਾਂਦਾ ਹੈ। ਬਹੁਤ ਹੀ ਥੋੜ੍ਹੇ ਲੋਕ ਐਸੇ ਹੁੰਦੇ ਹਨ ਕਿ ਉਹਨਾਂ ਦੇ ਵਿੱਚ ਈਗੋ ਨਹੀਂ ਆਉਂਦਾ, ਕਮੰਡ ਨਹੀਂ ਆਉਂਦਾ, ਅਤੇ ਉਹ ਅੱਗੇ ਜਾ ਕੇ ਬਹੁਤ ਜ਼ਿਆਦਾ ਸਕਸੈਸ ਹੋ ਜਾਂਦੇ ਹਨ। ਅਤੇ ਤੁਸੀਂ ਵੀ ਇਸ ਗੱਲ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਹੈ, ਉਹ ਤੁਹਾਡੇ ਤਾਂ ਪੂਰਵਜ ਤੁਹਾਨੂੰ ਸਿਖਾ ਕੇ ਜਾ ਰਹੇ ਹਨ। ਦੇਖੋ, ਪਾਇਲ ਨੰਬਰ 1, ਇੱਥੇ ਮੈਂ ਤੁਹਾਨੂੰ ਐਡਵਾਈਸ ਕਰਾਂਗੀ ਕਿ ਬਹੁਤ ਸਾਰੀਆਂ ਤੁਹਾਡੇ ਵਾਸਤੇ ਅੱਛੀਆਂ ਅੱਛੀਆਂ ਬਲੈਸਿੰਗਸ ਆ ਰਹੀਆਂ ਹਨ, ਤਾਂ ਤੁਸੀਂ ਆਪਣੇ ਪੂਰਵਜਾਂ ਨੂੰ ਖੁਸ਼ ਕਰਨ ਦੇ ਲਈ ਜ਼ਰੂਰ ਇੱਕ ਦੀਵਾ ਤਾਂ ਉਹਨਾਂ ਦੇ ਵਾਸਤੇ ਜਲਾਓ, ਐਟਲੀਸਟ, ਠੀਕ ਹੈ। ਘਿਓ ਪਾ ਕੇ ਜਿੱਥੇ ਤੁਸੀਂ ਆਪਣਾ ਪਾਠ ਪੂਜਾ ਵਾਲਾ ਸਥਾਨ ਹੈ ਉੱਥੇ ਇੱਕ ਦੀਵਾ ਜਲਾਓ, ਅਤੇ ਨਾਲ ਇੱਕ ਲੋਟਾ ਜਲ ਦਾ ਭਰ ਕੇ, ਠੀਕ ਹੈ, ਪਾਣੀ ਦਾ ਭਰ ਕੇ, ਲੋਟਾ ਨਹੀਂ ਹੈ ਤਾਂ ਗਲਾਸ ਪਾਣੀ ਦਾ ਭਰ ਕੇ ਉਹਨਾਂ ਦੇ ਵਾਸਤੇ ਰੱਖੋ, ਉਹਨਾਂ ਦੇ ਨਾਮ ਦਾ, ਠੀਕ ਹੈ। ਅਤੇ ਸਵੇਰੇ ਉੱਠ ਕੇ ਉਸ ਜਲ ਨੂੰ ਆਪਣੇ ਘਰ ਦੇ ਮੇਨ ਗੇਟ ਦੇ ਉੱਤੇ ਛਿੜਕ ਦਿਓ। ਇਸ ਤਰ੍ਹਾਂ ਤੁਹਾਡੇ ਪੂਰਵਜ ਬੜੇ ਖੁਸ਼ ਹੁੰਦੇ ਹਨ, ਤ੍ਰਿਪਤ ਹੁੰਦੇ ਹਨ। ਇਹ ਤੁਸੀਂ ਜ਼ਰੂਰ ਕਰੋ ਜੀ 2 ਅਕਤੂਬਰ ਤੱਕ, ਪਲੀਜ਼, ਓਕੇ। ਦੇਖੋ, ਪਾਇਲ ਨੰਬਰ 1, ਤੁਹਾਡਾ ਨਾ 2-4 ਦਿਨ ਪਹਿਲੇ, ਠੀਕ ਹੈ, ਸੁਪਨੇ ਵਿੱਚ ਕਿਸੇ ਦਾ ਨਾਲ ਤੁਹਾਡੀ ਗੱਲਬਾਤ ਹੋਈ ਹੈ, ਤੁਹਾਡੇ ਆਪਣੇ ਤੁਹਾਡੇ ਪੂਰਵਜ ਹੀ ਹਨ, ਠੀਕ ਹੈ, ਲੰਬੀ ਗੱਲਬਾਤ ਚੱਲੀ ਹੈ, ਪਰ ਇਹ ਸਭ ਕੁਝ ਸੁਪਨੇ ਵਿੱਚ ਹੀ ਹੋਇਆ ਹੈ, ਡ੍ਰੀਮ ਵਿੱਚ, ਠੀਕ ਹੈ। ਤਾਂ ਤੁਸੀਂ ਇਸਨੂੰ ਵਹਿਮ ਸਮਝ ਰਹੇ ਹੋ ਉੱਠਣ ਤੋਂ ਬਾਅਦ ਕਿ ਨਹੀਂ ਐਸਾ ਨਹੀਂ ਹੋਇਆ, ਤਾਂ ਤੁਹਾਡੇ ਪੂਰਵਜ ਕਹਿ ਰਹੇ ਹਨ ਕਿ ਇਸਨੂੰ ਵਹਿਮ ਨਾ ਸਮਝੋ, ਸੱਚੀ ਵਿੱਚ ਉਹਨਾਂ ਨੇ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਕੀਤੀਆਂ ਹਨ। ਜੇ ਸੁਪਨੇ ਵਿੱਚ ਤੁਸੀਂ ਕਿਸੇ ਦੇ ਆਪਣੇ ਪੂਰਵਜ ਨਾਲ ਆਪਣੇ ਕਿਸੇ ਆਪਣੇ ਨਾਲ ਗੱਲਬਾਤ ਕੀਤੀ ਹੈ, ਕਨੈਕਟ ਹੋਇਆ ਹੈ, ਤਾਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਣਾ। ਅਤੇ ਨਾਲ ਦੇ ਨਾਲ ਤੁਹਾਨੂੰ ਕਹਿਣਾ ਚਾਹ ਰਹੇ ਹਨ ਕਿ ਬਹੁਤ ਜਲਦੀ ਤੁਸੀਂ ਕਿਸੇ ਦੀ ਗੱਲਾਂ ਵਿੱਚ ਆ ਜਾਂਦੇ ਹੋ, ਤਾਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਕਿਸੇ ਦੀ ਗੱਲਾਂ ਵਿੱਚ ਆਉਣ ਦੀ, ਆਪਣੇ ਦਿਲ ਦੀ ਸੁਣੋ, ਆਪਣਾ ਜੋ ਤੁਹਾਡਾ ਇੰਟੂਸ਼ਨ ਕਹਿੰਦਾ ਹੈ ਉਹੀ ਕਰੋ। ਅਤੇ ਇੱਥੇ ਤੁਹਾਡੇ ਪੂਰਵਜ ਜੋ ਹਨ ਬਹੁਤ ਜ਼ਿਆਦਾ ਖੁਸ਼ ਹਨ, ਕਿਸ ਗੱਲ ਦੇ ਉੱਤੇ ਕਿ ਤੁਸੀਂ ਕਿਸੇ ਨੂੰ ਮਾਫ਼ ਕਰ ਦਿੱਤਾ ਹੈ, ਠੀਕ ਹੈ। ਉਸ ਦੇ ਨਾਲ ਕੀ ਹੋਇਆ ਹੈ, ਜਦੋਂ ਮਤਲਬ ਤੁਸੀਂ ਬਹੁਤ ਜ਼ਿਆਦਾ ਪੇਨ ਵਿੱਚ ਸੀ, ਹੈ ਨਾ, ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਸੀ, ਹੁਣ ਤੁਸੀਂ ਇੱਕ ਆਜ਼ਾਦ ਪੰਛੀ ਹੋ ਗਏ ਹੋ, ਠੀਕ ਹੈ, ਉਸ ਚੱਕਰ ਵਿਊ ਤੋਂ ਨਿਕਲ ਗਏ ਹੋ। ਹੁਣ ਕਿਹੜੀ ਗੱਲ ਹੈ ਉਹ ਇੱਥੇ ਕਲੀਅਰ ਨਜ਼ਰ ਨਹੀਂ ਆ ਰਹੀ ਹੈ, ਬਸ ਇੰਨਾ ਹੈ ਕਿ ਕੁਝ ਹੋਇਆ ਸੀ ਤੁਹਾਡੀ ਲਾਈਫ ਵਿੱਚ ਜਿਸ ਦੇ ਕਾਰਨ ਤੁਸੀਂ ਪਰੇਸ਼ਾਨ ਸੀ, ਪਰ ਹੁਣ ਉਸ ਨੂੰ ਤੁਸੀਂ ਮਾਫ਼ ਕਰ ਦਿੱਤਾ ਹੈ, ਠੀਕ ਹੈ। ਇਸ ਗੱਲ ਤੋਂ ਤੁਹਾਡੇ ਪੂਰਵਜ ਵੀ ਬਹੁਤ ਖੁਸ਼ ਹਨ, ਕਿਉਂਕਿ ਤੁਸੀਂ ਇੱਕ ਹੁਣ ਫ੍ਰੀ ਬਰਡ ਹੋ ਗਏ ਹੋ। ਫ੍ਰੀ ਜਿਵੇਂ ਹੁੰਦਾ ਆਜ਼ਾਦ ਪੰਛੀ ਹੁੰਦਾ ਹੈ, ਪਿੰਜਰੇ 'ਚੋਂ ਨਿਕਲ ਗਿਆ ਹੈ, ਅਤੇ ਹੁਣ ਤੁਸੀਂ ਜ਼ਿੰਦਗੀ ਵਿੱਚ ਆਪਣੀ ਆਪਣੇ ਅਨੁਸਾਰ ਲਾਈਫ ਨੂੰ ਜੀ ਰਹੇ ਹੋ। ਇੱਥੇ ਕਿਸੇ ਵਾਸਤੇ ਮੈਸੇਜ ਆਇਆ ਹੈ, ਸਭ ਦੇ ਵਾਸਤੇ ਨਹੀਂ, ਕਿ ਤੁਹਾਡੇ ਘਰ ਵਿੱਚ ਕੋਈ ਬਾਕਸ ਪਿਆ ਹੋਇਆ ਹੈ ਜਿਸ ਨੂੰ ਤਾਲਾ ਲੱਗਿਆ ਹੋਇਆ ਹੈ, ਤਾਂ ਤੁਹਾਡੇ ਪਿੱਤਰ ਤੁਹਾਡੇ ਪੂਰਵਜ ਕਹਿ ਰਹੇ ਹਨ ਕਿ ਉਸ ਤਾਲੇ ਨੂੰ ਖੋਲ੍ਹੋ, ਉਸ ਦੇ ਅੰਦਰ ਕੁਝ ਐਸਾ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ, ਓਕੇ। ਦੇਖੋ, ਨਾਲ ਦੇ ਨਾਲ ਤੁਹਾਡੇ ਪੂਰਵਜ ਤੁਹਾਨੂੰ ਇਹ ਵੀ ਦੱਸਣਾ ਚਾਹ ਰਹੇ ਹਨ ਕਿ
ਬਹੁਤ ਸਾਰੇ ਐਸੇ ਲੋਕ ਹਨ ਜੋ ਤੁਹਾਡੀ ਪਿੱਠ ਪਿੱਛੇ ਬਹੁਤ ਗੱਲਾਂ ਕਰਦੇ ਹਨ ਅਤੇ ਉਸ ਬਾਰੇ ਤੁਹਾਨੂੰ ਤੁਹਾਡੇ ਪੂਰਵਜ ਦੱਸ ਕੇ ਜਾਣਗੇ। ਜਦੋਂ ਇਹ ਸ਼ਰਾਧ ਸਮਾਪਤ ਹੋਣਗੇ ਨਾ 2 ਅਕਤੂਬਰ ਤੋਂ ਪਹਿਲੇ ਪਹਿਲੇ, ਉਹ ਇਸ ਗੱਲ ਦਾ ਸੰਕੇਤ ਦੇ ਕੇ ਜਾਣਗੇ ਜਾਂ ਫਿਰ ਕੋਈ ਐਸਾ ਇਨਸਾਨ ਆਏਗਾ ਜੋ ਤੁਹਾਨੂੰ ਇਹ ਸਭ ਦੱਸ ਕੇ ਜਾਏਗਾ, ਤਾਂ ਕਿ ਤੁਸੀਂ ਉਹਨਾਂ ਤੋਂ ਥੋੜ੍ਹੇ ਜਿਹੇ ਅਲਰਟ ਰਹੋ, ਸਾਵਧਾਨ ਰਹੋ, ਠੀਕ ਹੈ। ਇੱਥੇ ਕਿਸੇ ਦੇ ਪੂਰਵਜਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੈ, ਤਾਂ ਇੱਥੇ ਇਸ ਤਰ੍ਹਾਂ ਦਾ ਆ ਰਿਹਾ ਹੈ, ਤਾਂ ਤੁਸੀਂ ਜ਼ਰੂਰ 2 ਅਕਤੂਬਰ ਤੋਂ ਪਹਿਲੇ ਪਹਿਲੇ ਕੁਝ ਮਿੱਠਾ ਦਾਨ ਕਰੋ। ਕਿਸੇ ਨੂੰ ਵੀ ਮਿੱਠਾ ਤੁਸੀਂ ਖਿਲਾ ਸਕਦੇ ਹੋ, ਡੋਨੇਟ ਕਰ ਸਕਦੇ ਹੋ, ਓਕੇ। ਪਾਇਲ ਨੰਬਰ 1, ਜੋ ਲੋਕ ਮੇਰੀ ਵੀਡੀਓਜ਼ ਦੇਖ ਰਹੇ ਹਨ ਉਹਨਾਂ ਵਿੱਚੋਂ ਸ਼ਾਇਦ ਕਿਸੇ ਦੇ ਪੈਰ ਵਿੱਚ ਨਾ ਕੋਈ ਕੰਡਾ ਚੁੱਭਿਆ ਸੀ ਜੋ ਹਾਲੇ ਵੀ ਉਸ ਨੂੰ ਦਰਦ ਕਰਦਾ ਹੈ, ਠੀਕ ਹੈ। ਜੇ ਰੈਜੋਨੇਟ ਹੋਇਆ ਹੈ ਤਾਂ ਜ਼ਰੂਰ ਦੱਸਣਾ ਮੈਨੂੰ ਕਮੈਂਟ ਵਿੱਚ। ਤੁਹਾਡੇ ਪੂਰਵਜ ਤੁਹਾਨੂੰ ਕਹਿ ਰਹੇ ਹਨ ਕਿ ਇਸ ਤਰ੍ਹਾਂ ਲਾਪਰਵਾਹੀ ਬਿਲਕੁਲ ਨਹੀਂ ਕਰਨੀ ਹੈ, ਆਪਣੇ ਉੱਤੇ ਧਿਆਨ ਦਿਓ, ਠੀਕ ਹੈ, ਇਸ ਤਰ੍ਹਾਂ ਦਾ ਕਹਿ ਰਹੇ ਹਨ। ਨਾਲ ਦੇ ਨਾਲ ਤੁਹਾਡੇ ਪੂਰਵਜ, ਤੁਹਾਡੀ ਸੰਤਾਨ ਨਾਲ ਸੰਬੰਧੀ ਕੋਈ ਅੱਛੀ ਖੁਸ਼ਖਬਰੀ ਬਹੁਤ ਜਲਦੀ ਤੁਹਾਨੂੰ ਦੇਣ ਵਾਲੇ ਹਨ। ਹਾਲ ਫਿਲਹਾਲ ਵਿੱਚ ਹੀ ਤੁਹਾਨੂੰ ਇਹ ਖੁਸ਼ਖਬਰੀ ਮਿਲ ਜਾਏਗੀ। ਇਸ ਤਰ੍ਹਾਂ ਦੀ ਕੋਈ ਵੀ ਖੁਸ਼ਖਬਰੀ ਹੋ ਸਕਦੀ ਹੈ, ਕਿਸੇ ਨਾਲ ਵੀ ਚੀਜ਼ ਨਾਲ, ਧਨ ਨਾਲ ਸੰਬੰਧੀ, ਜੋਬ ਨਾਲ, ਕਰੀਅਰ ਨਾਲ, ਕੋਈ ਵੀ ਗੁੱਡ ਨਿਊਜ਼ ਹੋ ਸਕਦੀ ਹੈ ਤੁਹਾਡੀ ਸੰਤਾਨ ਨਾਲ ਸੰਬੰਧੀ। ਤੁਹਾਡੇ ਪਿੱਤਰ, ਤੁਹਾਡੇ ਪੂਰਵਜ ਦੇ ਰਹੇ ਹਨ ਜੋ ਕਿ ਬਹੁਤ ਖੁਸ਼ ਹਨ, ਤੁਹਾਡੀ ਤੋਂ ਬਹੁਤ ਖੁਸ਼ ਹਨ, ਤੁਹਾਨੂੰ ਬਲੈਸਿੰਗਸ ਦੇ ਰਹੇ ਹਨ। ਦੇਖੋ ਜੀ, ਪਾਇਲ ਨੰਬਰ 1, ਮੈਂ ਕਹਿ ਰਹੀ ਹਾਂ ਕਿ ਬਹੁਤ ਲੱਕੀ ਹੋ ਤੁਸੀਂ, ਠੀਕ ਹੈ, ਕਿਉਂਕਿ ਇਸ ਤਰ੍ਹਾਂ ਦੇ ਬਲੈਸਿੰਗਸ ਆ ਰਹੀਆਂ ਹਨ ਤੁਹਾਡੇ ਪੂਰਵਜਾਂ ਤੋਂ, ਤੁਹਾਡੇ ਤੋਂ ਖੁਸ਼ ਹਨ। ਜੋ ਪੂਰਵਜ ਤੁਹਾਡੇ ਤੋਂ ਖੁਸ਼ ਹਨ ਤਾਂ ਸਮਝ ਲਓ ਕਿ ਜੋ ਪਰੇਸ਼ਾਨੀਆਂ ਜੇ ਥੋੜ੍ਹੀਆਂ ਬਹੁਤੀਆਂ ਚੱਲ ਵੀ ਰਹੀਆਂ ਹਨ ਨਾ, ਤਾਂ ਬਹੁਤ ਜਲਦੀ ਤੁਹਾਡੀ ਜ਼ਿੰਦਗੀ ਵਿੱਚੋਂ ਉਹ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ। ਇੱਥੇ ਕਿਸੇ ਦਾ ਟ੍ਰਾਂਸਫਰ ਵੀ ਹੁੰਦਾ ਨਜ਼ਰ ਆ ਰਿਹਾ ਹੈ ਪਾਇਲ ਨੰਬਰ 1, ਅਤੇ ਤੁਸੀਂ ਉੱਥੇ ਜਾਣ ਤੋਂ ਸ਼ਾਇਦ ਡਰ ਰਹੇ ਹੋ, ਤਾਂ ਤੁਹਾਡੇ ਵਾਸਤੇ ਇਹ ਐਡਵਾਈਸ ਆਈ ਹੈ ਕਿ ਡਰਨ ਦੀ ਜ਼ਰੂਰਤ ਨਹੀਂ ਹੈ, ਉੱਥੇ ਤੁਹਾਨੂੰ ਸਭ ਸੁੱਖ ਸੁਵਿਧਾ ਮਿਲੇਗੀ, ਕੋਈ ਪ੍ਰੋਬਲਮ ਨਹੀਂ ਆਏਗੀ, ਤੁਸੀਂ ਆਸਾਨੀ ਨਾਲ ਇਸ ਤੋਂ ਇਹ ਟ੍ਰਾਂਸਫਰ ਜਿਹੜਾ ਹੋ ਰਿਹਾ ਹੈ ਉੱਥੇ ਜਾ ਸਕਦੇ ਹੋ। ਤੁਸੀਂ ਕੁਝ ਅਰਦਾਸ ਕਰਦੇ ਹੋ, ਪ੍ਰੇਅਰ ਕਰਦੇ ਹੋ, ਇਸ ਤਰ੍ਹਾਂ ਦਾ ਮੈਸੇਜ ਆ ਰਿਹਾ ਹੈ। ਜੋ ਵੀ ਤੁਸੀਂ ਆਪਣੇ ਪੂਰਵਜਾਂ ਨੂੰ ਯਾਦ ਕਰਕੇ ਜੋ ਵੀ ਅਰਦਾਸ ਕਰਦੇ ਹੋ, ਪ੍ਰੇਅਰ ਕਰਦੇ ਹੋ, ਪ੍ਰਾਰਥਨਾ ਕਰਦੇ ਹੋ, ਤੇ ਉਹ ਬਹੁਤ ਜਲਦੀ ਉਹ ਪੂਰੀ ਕਰਕੇ ਜਾਣਗੇ, ਇਸ ਤਰ੍ਹਾਂ ਦਾ ਐਡਵਾਈਸ ਆ ਰਿਹਾ ਹੈ। ਨਾਲ ਦੇ ਨਾਲ ਤੁਸੀਂ ਸੁਣਦਿਆਂ ਤੁਹਾਨੂੰ ਕੁਝ ਝਟਕਾ ਲੱਗਦਾ ਹੈ, ਤਾਂ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਇਸ ਤਰ੍ਹਾਂ ਦਾ ਦੱਸ ਰਹੇ ਹਨ, ਠੀਕ ਹੈ, ਇਸ ਤਰ੍ਹਾਂ ਦਾ ਤੁਹਾਡੇ ਨਾਲ ਹੋ ਸਕਦਾ ਹੈ, ਤਾਂ ਤੁਹਾਡੇ ਪੂਰਵਜ ਕਹਿ ਰਹੇ ਹਨ ਇਸ ਤਰ੍ਹਾਂ ਦਾ ਡਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਤੁਹਾਨੂੰ ਇੱਥੇ ਕਿਹਾ ਜਾ ਰਿਹਾ ਹੈ ਕਿ ਜਿੰਨਾ ਤੁਸੀਂ ਯੋਗਾ ਕਰੋਗੇ, ਐਕਸਰਸਾਈਜ਼ ਕਰੋਗੇ ਨਾ, ਵਾਕਿੰਗ ਕਰੋਗੇ, ਉਨਾ ਹੀ ਤੁਹਾਡੀ ਜਿਹੜੀ ਪਿੱਠ ਹੈ ਨਾ, ਬੈਕ ਹੈ ਤੁਹਾਡੀ, ਮਜ਼ਬੂਤ ਹੋਏਗੀ, ਅਤੇ ਤੁਹਾਨੂੰ ਆਪਣੇ ਪਿੱਤਰਾਂ ਦੇ ਨਾਮ ਦਾ, ਪੂਰਵਜਾਂ ਦੇ ਨਾਮ ਦਾ ਕੋਈ ਨਾ ਕੋਈ ਝਾੜ ਲਗਾਉਣਾ ਚਾਹੀਦਾ ਹੈ, ਦਰਖਤ ਲਗਾਓ, ਉਹ ਤੁਹਾਡੇ ਵਾਸਤੇ ਬਹੁਤ ਹੀ ਅੱਛਾ ਹੋਏਗਾ। ਜਿਸ ਤਰ੍ਹਾਂ ਉਹ ਦਰਖਤ ਵੱਡਾ ਹੋਏਗਾ, ਉਹਦੀਆਂ ਜੜ੍ਹਾਂ ਜਿਸ ਤਰ੍ਹਾਂ ਜ਼ਮੀਨ ਵਿੱਚ ਫੈਲਣਗੀਆਂ ਨਾ, ਉਸੇ ਤਰ੍ਹਾਂ ਤੁਹਾਡਾ ਵੀ ਨਾਮ, ਜੋ ਨੇਮ ਫੇਮ, ਤੁਹਾਨੂੰ ਦੁਨੀਆਂ ਵਿੱਚ ਮਿਲੇਗਾ। ਦੇਖੋ ਪਾਇਲ ਨੰਬਰ 1, ਇੱਥੇ ਤੁਹਾਡੇ ਪੂਰਵਜ ਤੁਹਾਡੇ ਤੋਂ ਖੁਸ਼ ਵੀ ਹਨ, ਮਤਲਬ ਉੱਤੋਂ ਦੇਖ ਕੇ ਇਹ ਖੁਸ਼ ਹਨ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਚੇਂਜ ਕੀਤਾ ਹੈ, ਬੜੀ ਸਾਰੀਆਂ ਪਰੇਸ਼ਾਨੀਆਂ ਵਿੱਚ ਸੀ, ਉਹਨਾਂ ਨੇ ਤੁਹਾਨੂੰ ਜਦੋਂ ਇੱਥੇ ਤੁਹਾਡੇ ਨਾਲ ਸੀ, ਉਹਨਾਂ ਨੇ ਦੇਖਿਆ ਹੈ ਤੁਹਾਨੂੰ ਬੜੀਆਂ ਪਰੇਸ਼ਾਨੀਆਂ ਵਿੱਚ, ਅਤੇ ਉਹਨਾਂ ਮੁਸ਼ਕਿਲਾਂ ਵਿੱਚੋਂ ਤੁਸੀਂ ਨਿਕਲ ਕੇ ਆਏ ਹੋ ਆਪਣੀ ਮਿਹਨਤ ਨਾਲ, ਕਾਫੀ ਅੱਗੇ ਤੱਕ ਤੁਸੀਂ ਆ ਗਏ ਹੋ, ਤਾਂ ਉਹ ਦੇਖ ਕੇ ਉਹਨਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ।
ਹੁਣ ਕਾਫੀ ਤਾਂ ਤੁਸੀਂ ਆਪਣੇ ਅੰਦਰ ਚੇਂਜਿਸ ਲਿਆਏ ਹੋ, ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਹੈ, ਪਰ ਇੱਥੇ ਤੁਹਾਡੇ ਵਾਸਤੇ ਕਿਹਾ ਜਾ ਰਿਹਾ ਹੈ ਕਿ ਹੁਣ ਜੋ ਤੁਹਾਡੇ ਨਾਲ ਹੋਣ ਵਾਲਾ ਹੈ, ਠੀਕ ਹੈ, ਉਹ ਬਹੁਤ ਵੱਡਾ ਹੈ, ਉਹ ਬਹੁਤ ਅਨਐਕਸਪੈਕਟਿਡ ਹੈ, ਬਹੁਤ ਜਲਦੀ ਉਹ ਸਭ ਤੁਹਾਡੇ ਨਾਲ ਹੋਣ ਵਾਲਾ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ, ਜੋ ਕਦੀ ਸੋਚਿਆ ਵੀ ਨਹੀਂ ਸੀ। ਇਸ ਤਰ੍ਹਾਂ ਦਾ ਆਸ਼ੀਰਵਾਦ ਤੁਹਾਨੂੰ ਦੇ ਕੇ ਜਾ ਰਹੇ ਹਨ। ਤੇ ਲਾਸਟ ਵਿੱਚ ਮੈਂ ਤੁਹਾਨੂੰ ਫਿਰ ਜਿਸ ਤਰ੍ਹਾਂ ਕਿਹਾ ਸੀ, ਇਹ ਵੀਡੀਓ ਇਹ ਰੀਡਿੰਗ ਉਹੀ ਦੇਖ ਪਾਣਗੇ ਜੋ ਕਿਸਮਤ ਵਾਲੇ ਹਨ, ਜਿਨ੍ਹਾਂ ਦੇ ਉੱਤੇ ਆਪਣੇ ਪੂਰਵਜਾਂ ਦੀ ਬਲੈਸਿੰਗਸ ਹੈ। ਤੇ ਲਾਸਟ ਜਿਹੜਾ ਕਾਰਡ ਆਇਆ ਹੈ ਉਹ ਵੀ ਪੂਰਵਜ ਇਹੀ ਕਹਿ ਰਹੇ ਹਨ ਕਿ ਜਿਨ੍ਹਾਂ ਤੱਕ ਇਹ ਸਾਡੇ ਸੰਦੇਸ਼ ਪਹੁੰਚੇ ਹਨ, ਮੈਸੇਜ ਪਹੁੰਚੇ ਹਨ, ਤਾਂ ਉਹ ਬਹੁਤ ਜ਼ਿਆਦਾ ਲੱਕੀ ਹਨ, ਬਹੁਤ ਜ਼ਿਆਦਾ ਕਿਸਮਤ ਵਾਲੇ ਹਨ। ਠੀਕ ਹੈ, ਤੇ ਚਲੋ ਜੀ, ਐਸੀ ਪਾਇਲ ਨੰਬਰ 1 ਵਾਲਿਆਂ ਦੀ ਰੀਡਿੰਗ, ਜੋ ਉਹਨਾਂ ਦੇ ਪੂਰਵਜਾਂ ਨੇ ਮੈਸੇਜ ਦਿੱਤੇ ਹਨ, ਜੋ ਬਲੈਸਿੰਗਸ ਦਿੱਤੀਆਂ ਹਨ, ਤੇ ਆਈ ਐਮ ਸੋ ਹੈਪੀ ਫੋਰ ਪਾਇਲ ਨੰਬਰ 1। ਠੀਕ ਹੈ, ਤੇ ਤੁਸੀਂ ਵੀ ਹੁਣ ਖੁਸ਼ ਹੋ ਜਾਓ, ਤੇ ਆਪਣੇ ਪੂਰਵਜਾਂ ਵਾਸਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਹੈ ਕਿ ਕੁਝ ਪਾਠ ਪੂਜਾ ਤਾਂ ਦੇਖੋ ਆਪਣੇ ਘਰ ਕਰਾਓ, ਜਾਂ ਗੁਰਦੁਆਰੇ ਮੰਦਿਰ ਜਾ ਕੇ ਕੁਝ ਉਹਨਾਂ ਦੇ ਨਾਮ ਦਾ ਕਰਵਾਓ, ਆਪਣੀ ਕੀ ਕਹਿੰਦੇ ਆ ਬਜਟ ਦੇ ਅਕੋਰਡਿੰਗ, ਜੇ ਦੇ ਅਕੋਰਡਿੰਗ। ਚਿੰਤਾ ਨਹੀਂ ਲਗਾਉਣੀ ਹੁੰਦੀ ਕਿ ਹਾਂ ਹੁਣ ਅਸੀਂ ਕਿਵੇਂ ਕਰਾਈਏ, ਅਸੀਂ ਥੋੜ੍ਹੀ ਨਾ ਪਾਠ ਰਖਵਾ ਸਕਦੇ ਹਾਂ, ਅਖੰਡ ਪਾਠ ਰਖਵਾਈਏ, ਬਹੁਤ ਖਰਚਾ ਆਉਂਦਾ ਲੰਗਰ। ਨਹੀਂ ਨਹੀਂ, ਇਸ ਤਰ੍ਹਾਂ ਦਾ ਮੈਂ ਨਹੀਂ ਕਹਿ ਰਹੀ ਹਾਂ, ਇਸ ਤਰ੍ਹਾਂ ਦਾ ਤੁਹਾਡੇ ਪੂਰਵਜ ਵੀ ਨਹੀਂ ਚਾਹੁੰਦੇ ਹਨ, ਤੁਹਾਨੂੰ ਆਸ਼ੀਰਵਾਦ ਦੇ ਕੇ ਜਾ ਰਹੇ ਹਨ। ਠੀਕ ਹੈ, ਕੁਛ ਵੀ ਆਪਣੇ ਉਹਨਾਂ ਦੇ ਨਾਮ ਦਾ, ਮੈਂ ਤਾਂ ਕਹਿੰਦੀ ਹਾਂ ਕਿ 100 ਰੁਪਿਆ ਵੀ ਉਹ ਪੂਰਵਜ ਤੁਹਾਡੇ ਖੁਸ਼ ਹੋਣਗੇ, ਉਹ ਦੇਖਣਾ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਨੂੰ ਯਾਦ ਕਰ ਰਹੇ ਹੋ ਕਿ ਨਹੀਂ। ਠੀਕ ਹੈ, ਮੈਂ ਤਾਂ ਤੁਹਾਨੂੰ ਇੱਥੇ ਤੱਕ ਵੀ ਕਿਹਾ ਕਿ ਸਿਰਫ ਇੱਕ ਦੀਵਾ ਲਗਾਓ, ਪਾਣੀ ਰੱਖੋ, ਜਲ ਰੱਖੋ, ਤੇ ਉਹਨਾਂ ਦੇ ਨਾਮ ਦਾ, ਨਾਲ ਦੇ ਨਾਲ ਮੈਂ ਤੁਹਾਨੂੰ ਇਹ ਕਹਾਂਗੀ, ਉਹ ਉਹਨਾਂ ਨੂੰ ਖਾਣਾ ਪਸੰਦ ਸੀ ਨਾ, ਤੇ ਉਹ ਥੋੜਾ ਜਿਹਾ ਲਿਆ ਕੇ ਜੋ ਤੁਹਾਡੇ ਘਰ ਕੰਮ ਕਰਨ ਆਉਂਦੇ ਹਨ ਜਾਂ ਬਾਹਰ ਕੰਮ ਕਰਦੇ ਹਨ, ਉਹਨਾਂ ਨੂੰ ਖਿਲਾ ਦੇਵੋ, ਉਹ ਤੁਹਾਡੇ ਜੋ ਪੂਰਵਜ ਹਨ ਤ੍ਰਿਪਤ ਹੋ ਜਾਣਗੇ ਔਰ ਤੁਹਾਨੂੰ ਆਸ਼ੀਰਵਾਦ ਦੇ ਕੇ ਜਾਣਗੇ। ਚਲੋ ਜੀ, ਜਿਨ੍ਹਾਂ ਨੇ ਔਰੇਂਜ ਕਲਰ ਸੰਤਰੀ ਰੰਗ ਦੀ ਮੋਮਬੱਤੀ ਚੁਣੀ ਸੀ, ਉਹਨਾਂ ਦੀ ਮੈਂ ਰੀਡਿੰਗ ਸ਼ੁਰੂ ਕਰਦੀ ਹਾਂ। ਓਕੇ, ਪਲੀਜ਼ ਯੂਨੀਵਰਸ ਗਾਈਡ ਅਸ ਫੋਰ ਪਾਇਲ ਨੰਬਰ 2, ਕੀ ਕਹਿੰਦੇ ਹਨ ਉਹਨਾਂ ਦੇ ਪੂਰਵਜ। ਓਕੇ, ਸਾਰੇ ਕਾਰਡਸ ਮੈਂ ਇੱਥੇ ਕੱਢ ਲਿੱਤੇ ਹਨ। ਹਾਂ, ਓਕੇ, ਥੋੜ੍ਹਾ ਜਿਹਾ ਵੇਟ। ਓਕੇ, ਦੇਖੋ ਜੀ, ਪਾਇਲ ਨੰਬਰ 2, ਸਭ ਤੋਂ ਪਹਿਲਾਂ ਮੈਸੇਜ ਤੁਹਾਡੇ ਪੂਰਵਜਾਂ ਦਾ, ਖੁਸ਼ ਹੋ ਜਾਓਗੇ। ਹਾਂਜੀ, ਖੁਸ਼ ਹੋ ਜਾਓਗੇ। ਧੰਨ ਵਰਸ਼ਾ, ਤੁਹਾਡੇ ਉੱਤੇ ਮਾਂ ਲਕਸ਼ਮੀ ਦੀ ਕਿਰਪਾ ਹੋ ਗਈ ਹੈ। ਤੁਹਾਡੇ ਪੂਰਵਜ ਕਹਿ ਰਹੇ ਹਨ, ਉਹਨਾਂ ਨੇ ਦੇਖਿਆ ਹੈ ਕਿ ਤੁਸੀਂ, ਤੁਹਾਡੇ ਬਲੋਕੇਜ ਚੱਲ ਰਹੀ ਹੈ, ਫਾਈਨੈਂਸ ਦੀ ਜੋ ਬਲੋਕੇਜ ਚੱਲ ਰਹੀ ਹੈ, ਬਲੋਕੇਜ ਪੈਸਿਆਂ ਦੀ, ਠੀਕ ਹੈ, ਇਸ ਦੇ ਨਾਲ ਨਾਲ ਤੁਹਾਡੇ ਘਰ ਵਿੱਚ ਥੋੜ੍ਹਾ ਜਿਹਾ ਕਲਾ ਕਲੇਸ਼ ਵੀ ਚੱਲ ਰਿਹਾ ਸੀ, ਉਹਨਾਂ ਨੇ ਉਹ ਵੀ ਦੇਖਿਆ ਹੈ, ਤਾਂ ਉਹ ਸ਼ੁਰੂਆਤ ਵਿੱਚ ਹੀ ਤੁਹਾਨੂੰ ਮੈਸੇਜ ਦੇ ਰਹੇ ਹਨ ਕਿ ਉਹ ਹੁਣ ਉਹਨਾਂ ਨੇ ਉਹ ਪਰੇਸ਼ਾਨੀਆਂ ਨੂੰ ਖਤਮ ਕਰਕੇ ਜਾਣਗੇ 2 ਅਕਤੂਬਰ ਤੋਂ ਪਹਿਲੇ ਜੀ। ਹਾਂਜੀ, ਦੇਖੋ, ਖਤਮ ਕਰਨਾ ਇੱਕ ਇਸ ਤਰ੍ਹਾਂ ਦਾ ਹੁੰਦਾ ਕਿ ਮਨੀ ਬਲੋਕੇਜ ਜੇ ਤੁਹਾਡੇ ਘਰ ਵਿੱਚ ਚੱਲ ਰਹੀ ਹੈ ਨਾ, ਤੇ ਇਕਦਮ ਉਹ ਕਹਿ ਰਹੇ ਹਨ 2 ਅਕਤੂਬਰ ਤੱਕ ਤੁਸੀਂ ਕਰੋੜਪਤੀ ਨਹੀਂ ਬਣ ਜਾਓਗੇ, ਕਾਫੀ ਸਾਰੇ ਰਸਤੇ ਤੁਹਾਡੇ ਵਾਸਤੇ ਖੋਲ ਕੇ ਚਲੇ ਜਾਣਗੇ, ਜੋ ਤੁਸੀਂ ਨਹੀਂ ਦੇਖ ਪਾ ਰਹੇ ਸੀ ਤਾਂ ਉਹ ਖੋਲ ਕੇ ਜਾਣਗੇ। ਮਾਂ ਲਕਸ਼ਮੀ ਦੀ ਕਿਰਪਾ, ਧੰਨ ਵਰਸ਼ਾ, ਸਮਝ ਰਹੇ ਹੋ ਕਿੰਨੀ ਵੱਡੀ ਚੀਜ਼ ਹੈ। ਓਕੇ, ਪਾਇਲ ਨੰਬਰ 2, ਇੱਥੇ ਮੈਨੂੰ ਲੱਗ ਰਿਹਾ ਹੈ ਕਿ ਕੋਈ ਨਾ ਕਿਧਰੇ ਜਾਣਾ ਚਾਹੁੰਦਾ ਹੈ, ਇਸ ਤਰ੍ਹਾਂ ਦੀ ਐਨਰਜੀਜ਼ ਆ ਰਹੀਆਂ ਹਨ, ਤਾਂ ਦੇਖੋ, ਤੁਹਾਨੂੰ ਕੋਈ ਵੀ ਡਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਜੋ ਕਰਨਾ ਚਾਹੁੰਦੇ ਹੋ ਦਿਲ ਖੋਲ ਕੇ ਕਰੋ। ਓਕੇ, ਅਤੇ ਤੁਸੀਂ ਉਹ ਚੀਜ਼ ਕਰ ਵੀ ਪਾਓਗੇ, ਠੀਕ ਹੈ। ਕਈਆਂ ਦਾ ਇੱਥੇ ਮੈਨੂੰ ਲੱਗ ਰਿਹਾ ਹੈ ਸਪਨਾ ਕਿ ਕਿਧਰੇ ਧਾਰਮਿਕ ਸਥਾਨ 'ਤੇ ਜਾ ਕੇ ਤੁਸੀਂ ਆਪਣੇ ਪੂਰਵਜਾਂ ਦੇ ਨਾਮ ਦਾ ਕੁਝ ਦਾਨ ਪੁੰਨ ਕਰਨਾ ਚਾਹੁੰਦੇ ਹੋ, ਜਾਂ ਉਹਨਾਂ ਦੇ ਨਾਮ ਦਾ ਕੋਈ ਪਾਠ ਪੂਜਾ ਕਰਵਾਉਣਾ ਚਾਹੁੰਦੇ ਹੋ, ਤਾਂ ਦੇਖੋ ਉਹ
ਬਲੈਸਿੰਗਸ ਦੇ ਰੂਪ ਵਿੱਚ ਉਹ ਸਭ ਸੁਣ ਰਹੇ ਹਨ, ਤੁਹਾਡੇ ਪੂਰਵਜ ਇਹ ਸਭ ਸੁਣ ਰਹੇ ਹਨ। ਜੇ ਤੁਹਾਡੀ ਉਹ ਇੱਛਾ ਹੈ ਤਾਂ ਉਹ ਇੱਛਾ ਤੁਹਾਡੀ ਪੂਰੀ ਹੋਏਗੀ। ਜਦੋਂ ਇਹ ਤੁਸੀਂ ਕੰਮ ਕਰਵਾਓਗੇ ਨਾ ਤਾਂ ਉਹ ਬਲੈਸਿੰਗਸ ਦੇ ਰੂਪ ਵਿੱਚ ਤੁਹਾਨੂੰ ਕਿੰਨੇ ਗੁਣਾ, 100 ਗੁਣਾ ਵੀ ਕਹਿ ਸਕਦੇ ਹੋ, ਕਿੰਨੇ ਗੁਣਾ ਵਾਪਿਸ ਹੋ ਕੇ ਆਸ਼ੀਰਵਾਦ ਦੇ ਰੂਪ ਵਿੱਚ ਉਹ ਵਾਪਿਸ ਆਉਣ ਵਾਲਾ ਹੈ। ਇੱਥੇ ਨਾ ਕਿਸੀ ਤਰ੍ਹਾਂ ਦਾ ਮੈਨੂੰ ਤਾਲਾ ਨਜ਼ਰ ਆ ਰਿਹਾ ਹੈ ਤੇ ਤਾਲੇ ਦੀ ਚਾਬੀ, ਮਤਲਬ ਕਿਸੀ ਕੋਈ ਵੱਡੀ ਪ੍ਰੋਬਲਮ ਚੱਲ ਰਹੀ ਸੀ ਉਸ ਦਾ ਕੋਈ ਸੋਲੂਸ਼ਨ ਹੁੰਦਾ, ਹੱਲ ਨਿਕਲਦਾ ਨਜ਼ਰ ਆ ਰਿਹਾ ਹੈ। ਜਾਂ ਫਿਰ ਤੁਸੀਂ ਕੋਈ ਨਵਾਂ ਕੋਈ ਕੰਮ ਕਰਨਾ ਦੀ ਸੋਚ ਰਹੇ ਹੋ, ਉਹ ਵੀ ਅੱਛਾ ਦਿਖ ਰਿਹਾ ਹੈ ਕਿ ਉਹ ਜੇ ਤੁਸੀਂ ਕਰੋਗੇ ਸ਼ੁਰੂ ਤਾਂ ਉਹ ਵੀ ਤੁਹਾਡਾ ਬਹੁਤ ਵਧੀਆ ਕੰਮ ਹੋਏਗਾ। ਇਸ ਤਰ੍ਹਾਂ ਦਾ ਵੀ ਇਹ ਮੈਸੇਜ ਇੱਥੇ ਆ ਰਿਹਾ ਹੈ। ਇਹ ਕੋਈ ਨਾ ਕੋਈ ਨਾ ਪਾਇਲ ਨੰਬਰ 2 ਤੁਸੀਂ ਆਪਣੀ ਨਾ ਬੋਲੀ ਦੇ ਉੱਤੇ, ਵਾਣੀ ਦੇ ਉੱਤੇ ਬਹੁਤ ਸੁਧਾਰ ਕਰ ਰਹੇ ਹੋ, ਠੀਕ ਹੈ। ਪਹਿਲੇ ਜਿਸ ਤਰ੍ਹਾਂ ਕਿ ਬੋਲ ਸਕਦੇ ਹਾਂ ਕਿ ਤੁਹਾਨੂੰ ਗੱਲ ਕਰਨ ਦਾ ਪਤਾ ਨਹੀਂ ਚੱਲਦਾ ਸੀ, ਹੈ ਨਾ। ਸਾਰਿਆਂ ਵਾਸਤੇ ਮੈਂ ਨਹੀਂ ਕਹਿ ਰਹੀ ਹਾਂ, ਕੁਝ ਲੋਕ ਇਸ ਤਰ੍ਹਾਂ ਦੇ ਹੋਣਗੇ। ਇਹ ਨਹੀਂ ਹੈ ਕਿ ਤੁਹਾਨੂੰ ਅਕਲ ਨਹੀਂ ਸੀ ਜਾਂ ਪਾਗਲ ਹੋ ਤੁਸੀਂ, ਜਿਸ ਤਰ੍ਹਾਂ ਲੋਕ ਤੁਹਾਨੂੰ ਥੋੜ੍ਹਾ ਜਿਹਾ ਡੋਮੀਨੇਟ ਕਰਦੇ ਸੀ ਕਿ ਇਹਨੂੰ ਤਾਂ ਗੱਲ ਕਰਨ ਦਾ ਪਤਾ ਹੀ ਨਹੀਂ ਚੱਲਦਾ। ਉਹੀ ਲੋਕ ਅੱਜ ਦੇਖ ਕੇ ਹੈਰਾਨ ਹਨ ਤੁਹਾਡੀ ਵਿਜ਼ਡਮ ਨੂੰ, ਤੁਹਾਡੀ ਸਮਝਦਾਰੀ ਨੂੰ, ਕਿ ਤੁਸੀਂ ਐਸੇ ਕੰਮ ਕੀਤੇ ਹਨ ਜੋ ਕਿ ਕਹਿ ਉਹਨਾਂ ਦਾ ਮੂੰਹ ਖੁੱਲ੍ਹਾ ਦਾ ਖੁੱਲ੍ਹਾ ਰਹਿ ਗਿਆ ਹੈ ਕਿ ਇਹ ਇਸ ਤਰ੍ਹਾਂ ਕਰ ਸਕਦੀ ਹੈ ਜਾਂ ਇਹ ਕਰ ਸਕਦਾ ਹੈ। ਅਤੇ ਤੁਹਾਡੀ ਸਮਝਦਾਰੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਸਭ ਦੇ ਮੂੰਹ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ ਹਨ, ਤਾਂ ਇਹ ਸਭ ਦੇਖ ਕੇ ਤੁਹਾਡੇ ਪੂਰਵਜ, ਠੀਕ ਹੈ, ਬਹੁਤ ਜ਼ਿਆਦਾ ਖੁਸ਼ ਹੋ ਰਹੇ ਹਨ, ਬਹੁਤ ਜ਼ਿਆਦਾ ਉਹਨਾਂ ਨੂੰ ਹੈਪੀਨੈਸ ਫੀਲ ਹੋ ਰਿਹਾ ਹੈ। ਇੱਥੇ ਇਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਪਾਇਲ ਨੰਬਰ 2 ਕਿ ਕਿਸੇ ਨੂੰ ਜਵੈਲਰੀ ਨਾਲ ਬਹੁਤ ਜ਼ਿਆਦਾ ਪਿਆਰ ਹੈ, ਠੀਕ ਹੈ। ਕੋਈ ਆਭੂਸ਼ਣ ਗਹਿਣੇ, ਠੀਕ ਹੈ, ਉਹ ਖਰੀਦਣਾ ਚਾਹ ਰਹੇ ਹਨ। ਤੁਹਾਡੇ ਪੂਰਵਜ ਕਹਿ ਰਹੇ ਹਨ ਕਿ ਬੜੀ ਜਲਦੀ ਇਹ ਤੁਹਾਡੀ ਇੱਛਾ ਪੂਰੀ ਹੋਣ ਵਾਲੀ ਹੈ, ਠੀਕ ਹੈ। ਕਹਿਣ ਦਾ ਮਤਲਬ ਕੁਝ ਵੀ ਸ਼ੋਪਿੰਗ ਤੁਸੀਂ ਕਰੋਗੇ ਤਾਂ ਬਹੁਤ ਜਲਦੀ ਇਹ ਤੁਹਾਡਾ ਸੁਪਨਾ ਪੂਰਾ ਹੋਣ ਵਾਲਾ ਹੈ। ਦੇਖੋ ਪਾਇਲ ਨੰਬਰ 2, ਤੁਹਾਡੇ ਵੀ ਪੂਰਵਜ ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹਨ। ਦੇਖੋ ਇਹ ਬਹੁਤ ਵੱਡੀ ਗੱਲ ਹੈ, ਜੋ ਲੋਕ ਮੇਰੀ ਵੀਡੀਓਜ਼ ਦੇਖ ਰਹੇ ਹਨ, ਕੋਈ ਵੀ ਐਸਾ ਮੈਸੇਜ ਹਾਲੇ ਤੱਕ ਨਾ ਪਾਇਲ ਨੰਬਰ 1 ਵਾਲਿਆਂ ਵਾਸਤੇ ਆਇਆ ਹੈ, ਪਾਇਲ ਨੰਬਰ 2 ਦੀ ਹਾਲੇ ਰੀਡਿੰਗ ਬਾਕੀ ਹੈ, ਨਾ ਹੀ ਕੋਈ ਪਾਇਲ ਨੰਬਰ 2 ਵਾਲਿਆਂ ਦਾ ਵੀ ਇੱਥੇ ਹਾਲੇ ਤੱਕ ਕੋਈ ਮੈਸੇਜ ਆਇਆ ਹੈ। ਕਿ ਕੋਈ ਹੁੰਦੇ ਹੈ ਨਾ ਕਿ ਕਈ ਵਾਰੀ ਪੂਰਵਜ ਸਾਡੇ ਤੋਂ ਨਾਰਾਜ਼ ਹੁੰਦੇ ਹਨ ਤਾਂ ਉਹ ਕਹਿੰਦੇ ਹਨ ਕਿ ਤੁਸੀਂ ਜੇ ਇਸ ਤਰ੍ਹਾਂ ਨਹੀਂ ਕੀਤਾ ਤਾਂ ਐਵੇਂ ਕਰ ਦਾਂਗੇ, ਜਾਂ ਮਤਲਬ ਸਮਝਣ ਦੀ ਕੋਸ਼ਿਸ਼ ਕਰੋ। ਪਰ ਮੈਨੂੰ ਇਸ ਤਰ੍ਹਾਂ ਦਾ ਕੁਛ ਵੀ ਇੱਥੇ ਨੈਗੇਟਿਵ ਮੈਸੇਜ ਨਹੀਂ ਆਇਆ ਹੈ, ਸਭ ਪੋਜ਼ਿਟਿਵ ਮੈਸੇਜ ਆਇਆ ਹੈ, ਠੀਕ ਹੈ। ਜੇ ਕੁਝ ਇਸ ਤਰ੍ਹਾਂ ਦਾ ਹੁੰਦਾ ਵੀ ਤਾਂ ਘਬਰਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੁੰਦੀ ਹੈ, ਕਿਉਂਕਿ ਹਰ ਚੀਜ਼ ਦਾ ਸੋਲਿਊਸ਼ਨ ਹੈ ਸਾਡੇ ਕੋਲ, ਠੀਕ ਹੈ। ਕੁਝ ਉਪਾਅ ਕਰੋ, ਕੁਝ ਕਰੋ, ਕਿਉਂਕਿ ਜੇ ਉਹ ਮੈਸੇਜ ਦੇ ਸਕਦੇ ਹਨ ਕਿ ਅਸੀਂ ਤੁਹਾਡੇ ਤੋਂ ਨਾਰਾਜ਼ ਹਾਂ ਜਾਂ ਇਸ ਤਰ੍ਹਾਂ ਦਾ, ਤਾਂ ਉਹ ਇਸ ਦਾ ਸੋਲਿਊਸ਼ਨ ਵੀ ਦੱਸਦੇ ਹਨ, ਕਿਉਂਕਿ ਕਿਧਰੇ ਨਾ ਕਿਧਰੇ ਆਫਟਰ ਆਲ ਦੇ ਆਰ ਯੂਅਰ ਲਵਡ ਵਨਸ, ਨਾ ਤੁਹਾਨੂੰ ਪਿਆਰ ਕਰਨ ਵਾਲੇ ਹੀ ਹਨ। ਪਰ ਅੱਜ ਕੱਲ੍ਹ ਕੀ ਹੋ ਗਿਆ ਹੈ ਨਾ, ਅੱਜ ਕੱਲ੍ਹ ਲੋਕ ਨਾ ਇਹ ਸਭ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦੇ ਹਨ, ਸਮਝ ਰਹੇ ਹੋ ਕਿ ਨਹੀਂ ਅੱਜ ਇਹ ਸਭ ਕੁਛ ਨਹੀਂ ਹੁੰਦਾ ਹੈ। ਪਰ ਇਹ ਸੱਚ ਹੈ, ਹਾਂਜੀ, ਵਿਸ਼ਵਾਸ ਕਰੋ, ਠੀਕ ਹੈ, ਆਪਣੇ ਪੂਰਵਜਾਂ ਵਾਸਤੇ, ਠੀਕ ਹੈ। ਕੁਝ ਨਾ ਕੁਝ ਇਹ ਮਤਲਬ ਪਾਠ ਪੂਜਾ ਨਹੀਂ ਕਰਾ ਸਕਦੇ, ਕੁਛ ਨਹੀਂ ਕਰ ਸਕਦੇ, ਤਾਂ ਇਹ 16 ਦਿਨਾਂ ਵਿੱਚ ਉਹਨਾਂ ਦੇ ਨਾਮ ਦਾ ਦੀਵਾ ਤਾਂ ਜ਼ਰੂਰ ਜਗਾਓ ਹੀ ਜਗਾਓ। ਪਲੀਜ਼, ਮੈਂ ਤੁਹਾਡੇ ਵਾਸਤੇ ਤੁਹਾਨੂੰ ਹੀ ਰਿਕੁਐਸਟ ਕਰ ਰਹੀ ਹਾਂ ਕਿ ਤੁਹਾਡੇ ਵਾਸਤੇ, ਤੁਹਾਡੇ ਅੱਛੇ ਵਾਸਤੇ ਕਹਿ ਰਹੀ ਹਾਂ। ਔਰ ਪਾਣੀ ਦਾ ਛਿੜਕਾਅ ਕਰੋ ਰਾਤੀ, ਉੱਥੇ ਆਪਣੇ ਕੋਲ ਰੱਖ ਕੇ ਜਾਂ ਪਾਠ ਪੂਜਾ ਵਾਲੇ ਸਥਾਨ 'ਤੇ ਰੱਖ ਕੇ ਸਵੇਰੇ ਪਾਣੀ ਛਿੜਕੋ। ਇਸ ਦੇ ਨਾਲ ਵੀ ਸਾਡੇ ਪੂਰਵਜ ਤ੍ਰਿਪਤ ਹੁੰਦੇ ਹਨ, ਓਕੇ। ਪਾਇਲ ਨੰਬਰ 2, ਇੱਥੇ ਤੁਹਾਡੇ ਪੂਰਵਜ ਕਹਿ ਰਹੇ ਹਨ ਕਿ ਤੁਸੀਂ ਕਿਸੇ ਇਨਸਾਨ ਦੀ ਮਦਦ ਕੀਤੀ ਹੈ, ਠੀਕ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਸਾਫ਼ ਦਿਲ ਦੇ ਹੋ, ਬਹੁਤ ਜ਼ਿਆਦਾ ਇਮਾਨਦਾਰ ਹੋ, ਬਹੁਤ ਜ਼ਿਆਦਾ ਭੋਲੇ ਹੋ, ਠੀਕ ਹੈ।
ਓਕੇ, ਇੱਥੇ ਮੈਨੂੰ ਦੋ ਮੈਸੇਜ ਹੋਰ ਪੂਰਵਜਾਂ ਵੱਲੋਂ ਤੁਹਾਡੇ ਦਿਖਾਈ ਦੇ ਰਹੇ ਹਨ। ਪਹਿਲਾ ਮੈਸੇਜ ਹੈ ਕਿ ਉਹ ਕਹਿ ਰਹੇ ਹਨ ਕਿ ਤੁਸੀਂ ਬਹੁਤ ਜਲਦੀ ਆਪਣੇ ਮਨ ਦੀਆਂ ਗੱਲਾਂ ਦੂਜਿਆਂ ਨਾਲ ਸ਼ੇਅਰ ਕਰ ਦਿੰਦੇ ਹੋ, ਤਾਂ ਤੁਹਾਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਰਹੇ ਹਨ। ਠੀਕ ਹੈ, ਕੋਈ ਤਾਂ ਰੀਜ਼ਨ ਹੋਏਗਾ, ਠੀਕ ਹੈ, ਇਸ ਕਰਕੇ ਉਹ ਤੁਹਾਨੂੰ ਮਨਾ ਕਰ ਰਹੇ ਹਨ। ਸੈਕਿੰਡ ਨੰਬਰ 'ਤੇ ਉਹ ਬੋਲ ਰਹੇ ਹਨ ਕਿ ਜੋ ਲੋਕ ਪਾਇਲ ਨੰਬਰ 2 ਵੀਡੀਓਜ਼ ਦੇਖ ਰਹੇ ਹਨ ਕਿ ਤੁਸੀਂ ਗਲੇ ਵਿੱਚ ਕੁਛ ਲੰਬਾ ਜਿਹਾ ਪਾਇਆ ਹੋਇਆ ਹੈ, ਠੀਕ ਹੈ, ਉਹ ਕੋਈ ਨੈਕਲੈਸ ਹੋ ਸਕਦਾ ਹੈ, ਕੋਈ ਗਾਨੀ ਜਾਂ ਕੁਛ ਇਸ ਤਰ੍ਹਾਂ ਦਾ ਪਾਇਆ ਹੋਇਆ, ਤਾਂ ਉਹ ਤੁਹਾਨੂੰ ਕਹਿ ਰਹੇ ਹਨ ਕਿ ਇਸ ਨੂੰ ਇੱਕਦਮ ਇੱਕ ਦੇਖੋ ਇਸ ਤਰ੍ਹਾਂ ਦਾ ਵੀ ਮੈਸੇਜ ਪਹਿਲੇ ਵੀ ਆਇਆ ਸੀ ਕਿ ਇੱਕ ਤਾਵੀਜ਼ ਦਾ ਤਰ੍ਹਾਂ ਦਾ ਬਣਾ ਕੇ ਪਾਓ, ਠੀਕ ਹੈ, ਉਸਨੂੰ ਜੋ ਤੁਸੀਂ ਲੰਬਾ ਕਰਕੇ ਪਾਇਆ ਹੈ ਇਸ ਤਰ੍ਹਾਂ ਦਾ। ਆਈ ਡੋਂਟ ਅੰਡਰਸਟੈਂਡ, ਮੈਨੂੰ ਇਹ ਸਮਝ ਨਹੀਂ ਆ ਰਹੀ ਹੈ ਕਿਉਂਕਿ ਕਹਿਣਾ ਚਾਹੁੰਦੇ ਹਨ। ਦੇਖੋ ਪੂਰੀ ਤਰ੍ਹਾਂ ਤਾਂ ਇੱਥੇ ਸਮਝ ਨਹੀਂ ਆ ਰਿਹਾ ਹੈ, ਪਰ ਜਿਹਦੇ ਨਾਲ ਰੈਜ਼ੋਨੇਟ ਹੋਇਆ ਹੋਏਗਾ ਨਾ ਉਹੀ ਇਹ ਦੱਸ ਸਕਦਾ ਹੈ ਕਮੈਂਟ ਕਰਕੇ, ਠੀਕ ਹੈ, ਕਿ ਕੁਛ ਉਹ ਕਹਿ ਰਹੇ ਹਨ ਕਿ ਇਸ ਨੂੰ ਥੋੜ੍ਹਾ ਜਿਹਾ ਸਿਸਟਮੈਟੀਕਲੀ ਇਸ ਨੂੰ ਪਾਓ, ਜੋ ਲੰਬਾ ਕਰਕੇ ਪਾਇਆ ਹੈ ਉਹ ਪੂਰਵਜ ਤੁਹਾਡੇ ਇਸ ਤਰ੍ਹਾਂ ਦੇ ਚਾਹੁੰਦੇ ਹਨ। ਪਾਇਲ ਨੰਬਰ 2, ਕਾਫੀ ਟਾਈਮ ਤੋਂ ਤੁਸੀਂ ਕੋਈ ਵੇਸ਼ ਜਾਂ ਕੋਈ ਪ੍ਰਾਰਥਨਾ ਕੁਝ ਕਰ ਰਹੇ ਹੋ, ਠੀਕ ਹੈ, ਤਾਂ ਉਹ ਅਰਦਾਸ ਤੁਹਾਡੀ ਪ੍ਰਾਰਥਨਾ ਪ੍ਰੇਅਰ ਬਹੁਤ ਜਲਦੀ ਪੂਰੀ ਹੋਏਗੀ, ਇਸ ਤਰ੍ਹਾਂ ਦਾ ਮੈਸੇਜ ਤੁਹਾਡੇ ਪੂਰਵਜਾਂ ਵੱਲੋਂ ਆਇਆ ਹੈ। ਪਾਇਲ ਨੰਬਰ 2, ਕੁਝ ਲੋਕਾਂ ਦੀ ਇੱਥੇ ਜੋਬ ਚਲੀ ਗਈ ਹੈ, ਇਸ ਤਰ੍ਹਾਂ ਦੀ ਐਨਰਜੀਜ਼ ਆ ਰਹੀਆਂ ਹਨ, ਰੈਜ਼ੋਨੇਟ ਹੋ ਰਿਹਾ ਹੈ, ਤਾਂ ਪਲੀਜ਼ ਕਮੈਂਟ ਕਰਕੇ ਦੱਸਣਾ, ਠੀਕ ਹੈ, ਅਤੇ ਜੋਬ ਚਲੀ ਗਈ ਹੈ ਇਸ ਕਾਰਨ ਤੁਸੀਂ ਰੋ ਰਹੇ ਹੋ, ਇਸ ਤਰ੍ਹਾਂ ਦਾ ਤੁਹਾਡੇ ਪੂਰਵਜਾਂ ਨੂੰ ਫੀਲ ਹੋ ਰਿਹਾ ਹੈ, ਅਤੇ ਉਹ ਤੁਹਾਨੂੰ ਆਸ਼ਵਾਸਨ ਦੇ ਰਹੇ ਹਨ ਕਿ ਤੁਹਾਨੂੰ ਰੋਣ ਦੀ ਜ਼ਰੂਰਤ ਨਹੀਂ ਹੈ, ਕਿ ਬਹੁਤ ਜਲਦੀ ਤੁਹਾਨੂੰ ਦੂਸਰੀ ਨਵੀਂ ਜੋਬ ਮਿਲੇਗੀ ਜੋ ਕਿ ਇਸ ਨਾਲੋਂ ਫਾਰ ਬੈਟਰ ਹੋਏਗੀ, ਕਾਫੀ ਗੁਣਾ ਜ਼ਿਆਦਾ ਬੈਟਰ ਹੋਏਗੀ, ਕਿਉਂਕਿ ਜੋ ਚੀਜ਼ਾਂ ਤੁਹਾਡੇ ਵਾਸਤੇ ਗਲਤ ਹੈ ਨਾ, ਅੱਛੀ ਨਹੀਂ ਹੈ, ਉਹਨਾਂ ਨੂੰ ਹਟਾਇਆ ਜਾ ਰਿਹਾ ਹੈ, ਅਤੇ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਬਹੁਤ ਹੀ ਜਲਦੀ ਤੁਹਾਨੂੰ ਬਹੁਤ ਹੀ ਵਧੀਆ ਇਸ ਤੋਂ ਵਧੀਆ ਜੋਬ ਮਿਲ ਜਾਏਗੀ, ਨੌਕਰੀ ਮਿਲੇਗੀ। ਨਾਲ ਦੇ ਨਾਲ ਇੱਥੇ ਕਿਹਾ ਜਾ ਰਿਹਾ ਹੈ ਕਿ ਪਾਇਲ ਨੰਬਰ 2, ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਪਰੇਸ਼ਾਨ ਹੋ, ਹੈ ਨਾ, ਅਤੇ ਤੁਹਾਨੂੰ ਇਹ ਵੀ ਗਾਈਡੈਂਸ ਆਈ ਹੈ, ਐਡਵਾਈਸ ਆਈ ਹੈ ਪੂਰਵਜਾਂ ਦੀ ਕਿ ਉਹ ਬੋਲ ਰਹੇ ਹਨ ਕਿ ਬੱਚਿਆਂ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਹੋਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ, ਓਕੇ, ਸਭ ਕੁਝ ਠੀਕ ਹੋਏਗਾ, ਓਕੇ। ਪਾਇਲ ਨੰਬਰ 2, ਕਿਸੇ ਦੀ ਦਾਦੀ ਕਿਸੇ ਦੀ ਨਾਨੀ ਬਹੁਤ ਜ਼ਿਆਦਾ ਤੁਹਾਨੂੰ ਹੈਲਪ ਕਰ ਰਹੀ ਹੈ, ਤੁਹਾਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੈ। ਦੇਖੋ, ਦਾਦੀ ਵੀ ਹੋ ਸਕਦੀ ਹੈ, ਨਾਨੀ ਵੀ ਹੋ ਸਕਦੀ ਹੈ, ਜਾਂ ਤੁਹਾਡੀ ਮੰਮੀ ਵੀ ਹੋ ਸਕਦੀ ਹੈ, ਅਤੇ ਇਹਨਾਂ ਵਿੱਚੋਂ ਤੁਸੀਂ ਤਿੰਨਾਂ ਵਿੱਚੋਂ ਕਿਸੇ ਨੂੰ ਆਪਣੇ ਸੁਪਨੇ ਵਿੱਚ ਵੀ ਦੇਖਿਆ ਹੈ, ਔਰ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਉਹ ਤੁਹਾਡੀ ਬਹੁਤ ਜ਼ਿਆਦਾ ਮਦਦ ਕਰ ਰਹੇ ਹਨ। ਕਿਸ ਤਰ੍ਹਾਂ ਉਹ ਸੰਕੇਤ ਦਿੰਦੇ ਹਨ, ਇਸ਼ਾਰਾ ਦਿੰਦੇ ਹਨ, ਜ਼ਿੰਦਗੀ ਵਿੱਚ ਸਾਨੂੰ ਤਾਂ ਪਤਾ ਨਹੀਂ ਚੱਲਦਾ, ਪਰ ਉਹ ਕਿਸੇ ਨਾ ਕਿਸੇ ਤਰੀਕੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਤੁਹਾਡੀ ਬਹੁਤ ਜ਼ਿਆਦਾ ਮਦਦ ਕਰ ਰਹੇ ਹਨ। ਹੁਣ ਇੱਥੇ ਪਾਇਲ ਨੰਬਰ 2 ਤੁਹਾਡੇ ਪੂਰਵਜ ਪਤਾ ਕੀ ਕਹਿ ਰਹੇ ਹਨ, ਉਹਨਾਂ ਨੂੰ ਉਹ ਵੀ ਨਾ ਇਹ ਗੱਲ ਦੇਖ ਕੇ ਤਾਂ ਤੁਹਾਡੀ ਉਦਾਸ ਹੋ ਜਾਂਦੇ ਹਨ। ਕਿਹੜੀ ਗੱਲ? ਕਿ ਤੁਸੀਂ ਨਾ ਬੜੀ ਜਲਦੀ ਥੋੜ੍ਹੀ ਜਿਹੀ ਵੀ ਪਰੇਸ਼ਾਨੀ ਆਏ ਤਾਂ ਤੁਸੀਂ ਬਹੁਤ ਜ਼ਿਆਦਾ ਸੀਰੀਅਸ ਹੋ ਜਾਂਦੇ ਹੋ, ਗੰਭੀਰ ਹੋ ਜਾਂਦੇ ਹੋ, ਜਿਸ ਤਰ੍ਹਾਂ ਕਹੀਏ, ਤਾਂ ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਬਿਲਕੁਲ ਨਾ ਕਰੋ, ਜਿਸ ਤਰ੍ਹਾਂ ਕਿਉਂਕਿ ਗੰਭੀਰ ਜਾਂ ਸੀਰੀਅਸਨੈਸ ਵਾਲਾ ਤੁਹਾਡਾ ਨੇਚਰ ਹੀ ਨਹੀਂ ਹੈ, ਉਹਨਾਂ ਨੂੰ ਪਤਾ ਹੈ ਨਾ, ਕਿਉਂਕਿ ਤੁਸੀਂ ਤਾਂ ਬਹੁਤ ਹੱਸਣ ਖੇਡਣ ਵਾਲੇ, ਮਿਲਣਸਾਰ, ਖੁਸ਼ ਰਹਿਣ ਵਾਲੇ ਇਸ ਤਰ੍ਹਾਂ ਦੇ ਇਨਸਾਨ ਹੋ, ਤਾਂ ਉਹ ਜਦੋਂ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ, ਤੁਸੀਂ ਦੁਖੀ ਹੁੰਦੇ ਹੋ, ਤੁਸੀਂ ਸੀਰੀਅਸ ਹੁੰਦੇ ਹੋ ਨਾ, ਤਾਂ ਉਹ ਵੀ ਜੋ ਤੁਹਾਡੇ ਲਵਡ ਵਨਸ ਹਨ ਨਾ, ਤੁਹਾਡੇ ਪੂਰਵਜ, ਉਹ ਵੀ ਪਰੇਸ਼ਾਨ ਹੋ ਜਾਂਦੇ ਹਨ, ਅਤੇ ਤੁਹਾਨੂੰ ਐਡਵਾਈਸ ਦੇ ਰਹੇ ਹਨ ਕਿ ਜਿੰਨੀ ਵੀ ਮਰਜ਼ੀ ਪਰੇਸ਼ਾਨੀ ਆਏ, ਤੁਸੀਂ ਆਪਣਾ ਨੇਚਰ ਨਹੀਂ ਛੱਡਣਾ, ਜਿਸ ਤਰ੍ਹਾਂ ਦੇ ਤੁਸੀਂ ਹੋ ਨਾ, ਹੱਸਣਾ ਖੇਡਣਾ ਨੱਚਣਾ ਕੁੱਦਣਾ ਉਸੇ ਤਰ੍ਹਾਂ ਦੇ ਰਹੋ, ਠੀਕ ਹੈ ਨਾ। ਪਾਇਲ ਨੰਬਰ 2, ਬਹੁਤ ਵੱਡਾ ਮੈਸੇਜ ਹੈ ਤੁਹਾਡੇ ਵਾਸਤੇ, ਕਿਸੇ ਦੇ ਘਰ ਵਿੱਚ ਜੋ ਪਾਇਲ ਨੰਬਰ 2 ਮੇਰੀ ਵੀਡੀਓ ਦੇਖ ਰਹੇ ਹਨ, ਮੇਰੀ ਰੀਡਿੰਗ ਸੁਣ ਰਹੇ ਹਨ,
ਤਾਂ ਕਿਸੇ ਦੇ ਘਰ ਵਿੱਚ ਕੋਈ ਪੁਰਾਣਾ ਕੈਲੰਡਰ ਪਿਆ ਹੋਇਆ ਹੈ, ਹੋ ਸਕਦਾ ਹੈ 2003 ਦਾ, 2004 ਜਾਂ 2005 ਦਾ, ਪੁਰਾਣੇ ਸਾਲ ਦਾ, ਪਿਛਲੇ ਸਾਲ ਦਾ ਕੈਲੰਡਰ ਪਿਆ ਹੋਇਆ ਹੈ, ਤਾਂ ਉਸ ਨੂੰ ਤੁਸੀਂ ਸੁੱਟ ਦਿਓ, ਤੁਹਾਡੇ ਪੂਰਵਜ ਕਹਿ ਰਹੇ ਹਨ। ਕਿਉਂਕਿ ਵੈਸੇ ਵੀ ਕਿਹਾ ਜਾਂਦਾ ਹੈ ਕਿ ਪੁਰਾਣੀਆਂ ਚੀਜ਼ਾਂ ਜੋ ਪਿਛਲੇ ਸਾਲ ਦੀਆਂ ਵੀ ਹੁੰਦੀਆਂ ਹਨ, ਪੁਰਾਣੇ ਸਾਲਾਂ ਦੀਆਂ ਹੁੰਦੀਆਂ ਹਨ, ਉਹਨਾਂ ਨੂੰ ਘਰ ਵਿੱਚ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ। ਇਸ ਦੇ ਨਾਲ ਵੀ ਤੁਹਾਨੂੰ ਕਾਫੀ ਸਾਰੀਆਂ ਪਰੇਸ਼ਾਨੀਆਂ ਆ ਰਹੀਆਂ ਹਨ। ਦੂਸਰਾ, ਕੋਈ ਟੁੱਟਿਆ ਹੋਇਆ ਸ਼ੀਸ਼ਾ ਹੈ ਤੁਹਾਡੇ ਘਰ ਵਿੱਚ ਪਿਆ ਹੋਇਆ, ਠੀਕ ਹੈ, ਉਸ ਨੂੰ ਵੀ ਤੁਸੀਂ ਬਾਹਰ ਸੁੱਟ ਦਿਓ। ਫਾਈਲ ਨੰਬਰ 2, ਤੁਹਾਡੇ ਪੂਰਵਜ ਚਾਹੁੰਦੇ ਹਨ ਕਿ ਕੋਈ ਇੱਕ ਡੰਡਾ, ਜਿਸ ਤਰ੍ਹਾਂ ਕਿ ਸੋਟੀ ਕਿਹਾ ਜਾਂਦਾ ਹੈ ਨਾ, ਕੋਈ ਬਜ਼ੁਰਗ ਹੋ ਜਾਂਦਾ ਹੈ ਤਾਂ ਉਸਨੂੰ ਹੈਲਪ ਚਾਹੀਦੀ ਹੁੰਦੀ ਹੈ, ਚੱਲਣ ਵਿੱਚ ਉਸਨੂੰ ਤਕਲੀਫ ਹੁੰਦੀ ਹੈ, ਤਾਂ ਇੱਕ ਬਹੁਤ ਹੀ ਅੱਛੀ ਤਰ੍ਹਾਂ, ਦੇਖੋ ਔਨਲਾਈਨ ਜਾਂ ਬਾਜ਼ਾਰ ਵਿੱਚ ਅੱਜ ਕੱਲ੍ਹ ਬੜੀਆਂ ਪਿਆਰੀਆਂ ਪਿਆਰੀਆਂ ਸੋਟੀਆਂ ਆਈਆਂ ਹੋਈਆਂ ਹਨ, ਹੈ ਨਾ, ਡੰਡਾ, ਅਤੇ ਉਹ ਕਿਸੇ ਨੂੰ ਤੁਸੀਂ ਦਾਨ ਕਰ ਦਿਉ, ਕਿਸੇ ਬਜ਼ੁਰਗ ਨੂੰ, ਇਹ ਉਹਨਾਂ ਦੀ ਇੱਛਾ ਹੈ, ਠੀਕ ਹੈ। ਇਸ ਦੇ ਨਾਲ ਨਾਲ ਤੁਹਾਡੇ ਪੂਰਵਜ ਨਾ ਤੁਹਾਡੀ ਲਾਈਫ ਨੂੰ ਬਹੁਤ ਜ਼ਿਆਦਾ ਬਦਲਣਾ ਚਾਹੁੰਦੇ ਹਨ, ਬਹੁਤ ਜ਼ਿਆਦਾ ਚੇਂਜਿਸ ਲਿਆਉਣਾ ਚਾਹੁੰਦੇ ਹਨ, ਪਰ ਤੁਸੀਂ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ, ਮੌਕਾ ਹੀ ਨਹੀਂ ਦਿੱਤਾ, ਮੌਕਾ ਹੀ ਨਹੀਂ ਦਿੱਤਾ। ਪਲੀਜ਼ ਯੂਨੀਵਰਸ ਗਾਈਡ ਮੀ, ਮੌਕਾ ਨਹੀਂ ਦਿੱਤਾ ਦਾ ਮਤਲਬ, ਓਕੇ, ਮੌਕਾ ਹੀ ਨਹੀਂ ਦਿੱਤਾ ਦਾ ਮਤਲਬ ਇੱਥੇ ਇਹ ਹੈ ਕਿ ਜੋ ਤੁਸੀਂ ਪ੍ਰੇਅਰ ਕਰਦੇ ਹੋ, ਪ੍ਰਾਰਥਨਾ, ਅਰਦਾਸ ਕਰਦੇ ਹੋ ਪਰਮਾਤਮਾ ਦੇ ਸਾਹਮਣੇ, ਉਸ ਅਰਦਾਸ ਦੇ ਵਿੱਚ ਉਹਨਾਂ ਦਾ ਨਾਮ ਲਿਆਓ, ਉਹਨਾਂ ਨੂੰ ਵੀ ਲਿਆਓ, ਉਹਨਾਂ ਨੂੰ ਵੀ ਯਾਦ ਕਰੋ, ਠੀਕ ਹੈ। ਇਸ ਤਰ੍ਹਾਂ ਦਾ ਉਹ ਚਾਹੁੰਦੇ ਹਨ, ਇਸ ਤਰ੍ਹਾਂ ਦੀ ਇਹ ਕਮੀ ਹੈ ਜੋ ਤੁਹਾਡੇ ਘਰ ਵਿੱਚ ਚੱਲ ਰਹੀ ਹੈ, ਓਕੇ। ਤੁਹਾਡੇ ਪੂਰਵਜ ਕਹਿ ਰਹੇ ਹਨ ਕਿ ਤੁਸੀਂ ਚੀਜ਼ਾਂ ਨੂੰ ਰੱਖ ਕੇ ਭੁੱਲ ਜਾਂਦੇ ਹੋ, ਤਾਂ ਤੁਹਾਡੇ ਵਾਸਤੇ ਐਡਵਾਈਸ ਦੇ ਰਹੇ ਹਨ ਕਿ ਤੁਸੀਂ ਚੀਜ਼ਾਂ ਨੂੰ ਲਿਖ ਕੇ ਰੱਖੋ, ਓਕੇ। ਕੁਝ ਅਕਸ਼ਰ ਵੀ ਇੱਥੇ ਆ ਰਹੇ ਹਨ, ਗ ਐਲ ਐਸ ਟੀ, ਠੀਕ ਹੈ, ਜੋ ਤੁਸੀਂ ਦੇਖ ਰਹੇ ਹੋ ਵੀਡੀਓ, ਉਹਨਾਂ ਦਾ ਤੁਹਾਡਾ ਨਾਮ ਤੋਂ ਵੀ ਸ਼ੁਰੂ ਹੋ ਸਕਦੇ ਹਨ, ਜਾਂ ਤੁਹਾਡੇ ਲਵਡ ਵਨਸ ਜੋ ਪੂਰਵਜ ਹਨ ਉਹਨਾਂ ਦਾ ਵੀ ਇਸ ਨਾਮ ਤੋਂ ਸ਼ੁਰੂ ਹੋ ਸਕਦੇ ਹਨ। ਕਿਸੇ ਚੀਜ਼ ਨੂੰ ਤੁਸੀਂ ਦਿਲ ਨਾਲ ਲਗਾ ਕੇ ਬੈਠੇ ਹੋ, ਠੀਕ ਹੈ, ਅਤੇ ਉਹ ਤੁਸੀਂ ਉਸਨੂੰ ਯਾਦ ਕਰਦੇ ਹੋ, ਦੇਖੋ ਚੀਜ਼ ਉਹ ਅੱਛੀ ਯਾਦਾਂ ਹੀ ਹਨ, ਇੱਥੇ ਜੋ ਦਿਖਾਈ ਦੇ ਰਿਹਾ ਹੈ ਨਾ, ਜੋ ਇੰਡੀਕੇਟ ਕਰ ਰਿਹਾ ਹੈ, ਅੱਛੀ ਯਾਦਾਂ ਹਨ, ਤੁਸੀਂ ਉਹਨਾਂ ਨੂੰ ਫਿਰ ਤੋਂ ਇੱਕ ਵਾਰੀ ਯਾਦ ਕਰੋਗੇ ਅਤੇ ਇਹ ਸਭ ਅਚਾਨਕ ਹੋਏਗਾ, ਓਕੇ। ਇੱਥੇ ਦੇਖੋ ਜਸਟਿਸ, ਜਸਟਿਸ ਤੁਹਾਨੂੰ ਮਿਲੇਗਾ, ਜਸਟਿਸ ਦਾ ਕਾਰਡ ਆਇਆ ਹੈ, ਤਰਾਜੂ ਇੱਥੇ ਦਿਖਾਈ ਦੇ ਰਿਹਾ ਹੈ, ਤੁਹਾਡੇ ਨਾਲ ਮਤਲਬ ਕੁਛ ਜੇ ਮਤਲਬ ਗਲਤ ਚੀਜ਼ ਹੋਈ ਹੈ ਤਾਂ ਉਹ ਤੁਹਾਡੇ ਪੂਰਵਜ ਕਹਿ ਰਹੇ ਹਨ ਕਿ ਤੁਹਾਨੂੰ ਉਹਦਾ ਇਨਸਾਫ਼ ਮਿਲੇਗਾ, ਤੁਸੀਂ ਜੋ ਬਹੁਤ ਜ਼ਿਆਦਾ ਸਿਆ ਹੈ, ਸਬਰ ਕੀਤਾ ਹੈ, ਅਤੇ ਬਹੁਤ ਜ਼ਿਆਦਾ ਤੁਸੀਂ ਕਿਸੇ ਚੀਜ਼ ਦੇ ਲਈ ਮਤਲਬ ਕਮੀ ਵੀ ਇੱਥੇ ਕਹੀ ਜਾ ਸਕਦੀ ਹੈ, ਮਤਲਬ ਦੁੱਖ ਵੀ ਹੋਇਆ ਹੈ ਕਿਸੇ ਚੀਜ਼ਾਂ ਦੀ ਕਮੀ, ਜੋ ਤੁਸੀਂ ਦੂਸਰਿਆਂ ਕੋਲ ਸੀ, ਉਹ ਤੁਹਾਡੇ ਭੈਣ ਭਰਾ ਵੀ ਹੋ ਸਕਦੇ ਹਨ, ਠੀਕ ਹੈ, ਉਹਨਾਂ ਕੋਲ ਸਭ ਕੁਝ ਹੈ, ਪਰ ਤੁਸੀਂ ਕਦੀ ਆਪਣੇ ਦਿਲ ਨੂੰ ਇਸ ਤਰ੍ਹਾਂ ਨਹੀਂ ਲਗਾਇਆ, ਘੱਟ ਚੀਜ਼ਾਂ ਵਿੱਚ ਵੀ ਤੁਸੀਂ ਖੁਸ਼ ਰਹਿੰਦੇ ਸੀ ਆਪਣੇ ਘਰ ਵਿੱਚ, ਠੀਕ ਹੈ, ਤਾਂ ਉਹ ਤੁਹਾਡੇ ਜੋ ਪੂਰਵਜ ਹਨ ਉਹ ਦੇਖ ਕੇ ਗਏ ਹਨ ਇਹ ਸਭ, ਤਾਂ ਹੁਣ ਉਹ ਕਹਿ ਰਹੇ ਹਨ ਕਿ ਬੜੀ ਜਲਦੀ ਉਹ ਤੁਹਾਨੂੰ ਇਨਸਾਫ਼ ਮਿਲੇਗਾ, ਔਰ ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਕਮੀ ਸੀ ਉਹ ਚੀਜ਼ਾਂ ਇੰਨੀਆਂ ਆਉਣਗੀਆਂ, ਇਸ ਤਰ੍ਹਾਂ ਲਗਜ਼ਰੀ ਲਾਈਫ ਤੁਸੀਂ ਜੀਣ ਵਾਲੇ ਹੋ, ਇਸ ਤਰ੍ਹਾਂ ਦਾ ਬਲੈਸਿੰਗਸ ਤੁਹਾਡੇ ਪੂਰਵਜ ਤੁਹਾਨੂੰ ਦੇ ਕੇ ਜਾਣਗੇ। ਦੇਖੋ ਉਪਾਅ ਨੰਬਰ 2, ਤੁਹਾਡੇ ਦਿਮਾਗ ਵਿੱਚ, ਤੁਹਾਡੇ ਦਿਲ ਵਿੱਚ ਨਾ ਬਹੁਤ ਜ਼ਿਆਦਾ ਸਵਾਲ ਹਨ, ਜਿਨ੍ਹਾਂ ਦੇ ਜਵਾਬ ਤੁਸੀਂ ਚਾਹੁੰਦੇ ਹੋ, ਤਾਂ ਤੁਹਾਡੇ ਜੋ ਪੂਰਵਜ ਹਨ ਨਾ ਉਹਨਾਂ ਸਵਾਲਾਂ ਦੇ ਜਵਾਬਾਂ ਨੂੰ ਬਹੁਤ ਜ਼ਿਆਦਾ ਕਲੀਅਰ ਕਰ ਰਹੇ ਹਨ, ਅਤੇ ਕਾਫੀ ਹੱਦ ਤੱਕ ਤੁਹਾਨੂੰ ਉਹ ਸਵਾਲਾਂ ਦੇ ਜਵਾਬ ਮਿਲ ਵੀ ਗਏ ਹੋਣਗੇ, ਕਿਉਂਕਿ 17 ਸਤੰਬਰ ਤੋਂ ਸ਼ਰਾਧ ਸ਼ੁਰੂ ਹਨ ਨਾ, ਤਾਂ ਕਾਫੀ ਹੱਦ ਤੱਕ ਉਹਨਾਂ ਨੇ ਤੁਹਾਨੂੰ ਐਸੇ ਸੰਕੇਤ ਦਿੱਤੇ ਹੋਣਗੇ, ਇਸ ਤਰ੍ਹਾਂ ਦੀ ਐਨਰਜੀਜ਼ ਆ ਰਹੀਆਂ ਹਨ ਤੁਹਾਡੇ ਪੂਰਵਜਾਂ ਵੱਲੋਂ, ਕਿ ਕਾਫੀ ਹੱਦ ਤੱਕ ਤੁਹਾਨੂੰ ਉਹਨਾਂ ਨੇ ਕਲੀਅਰ ਕੀਤਾ ਹੈ, ਤੁਹਾਡੇ ਸਵਾਲਾਂ ਦੇ ਜਵਾਬਾਂ ਵਾਸਤੇ ਜਵਾਬ ਦੇ ਦਿੱਤੇ ਹਨ, ਅੱਗੋਂ ਵੀ ਜੋ ਹੋਰ ਤੁਹਾਨੂੰ ਚਾਹੀਦਾ ਹੈ ਉਹ ਬਿਲਕੁਲ ਕਲੈਰਿਟੀ ਤੁਹਾਡੀ ਇਹ
ਪਿਤਰ ਪਕਸ਼ ਵਿੱਚ ਪੂਰੀ ਹੋ ਜਾਏਗੀ। ਸੋ ਲਾਸਟ ਵਿੱਚ ਪਾਇਲ ਨੰਬਰ 2 ਤੁਹਾਡੇ ਵਾਸਤੇ ਤੁਹਾਡੇ ਪੂਰਵਜਾਂ ਦਾ ਇਹੀ ਐਡਵਾਈਸ ਹੈ ਕਿ ਤੁਹਾਡੇ ਬਹੁਤ ਜ਼ਿਆਦਾ ਦੁਸ਼ਮਣ ਹਨ, ਤੁਸੀਂ ਉਹਨਾਂ ਤੋਂ ਸੰਭਲ ਕੇ ਰਹੋ। ਓਕੇ, ਸੋ ਅਸੀਂ ਪਾਇਲ ਨੰਬਰ 2 ਵਾਲਿਆਂ ਦੀ ਬਲੈਸਿੰਗਸ ਤੁਹਾਡੇ ਪੂਰਵਜਾਂ ਵੱਲੋਂ, ਤੁਹਾਡੀ ਰੀਡਿੰਗ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰੀਡਿੰਗ ਆਈ ਹੈ। ਇੱਕ ਦੋ ਗੱਲਾਂ ਹਨ ਜੋ ਤੁਸੀਂ ਜਿਸ ਤਰ੍ਹਾਂ ਕਿ ਡੰਡਾ ਉਹਨਾਂ ਨੇ ਕਿਹਾ ਹੈ ਕਿ ਦੇ ਦਿਓ, ਔਰ ਪਾਇਲ ਨੰਬਰ 1 ਮਿੱਠਾ ਕੁਝ ਉਹਨਾਂ ਨੂੰ ਖਿਲਾਉਣ ਵਾਸਤੇ ਕਿਹਾ ਹੈ। ਛੋਟੀ ਛੋਟੀ ਚੀਜ਼ਾਂ ਹਨ ਜੋ ਤੁਸੀਂ ਆਪਣੇ ਪੂਰਵਜਾਂ ਦੀਆਂ ਪੂਰੀਆਂ ਕਰ ਦਿਓ, ਔਰ ਬਾਕੀ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਕੀ ਕਰੋ, ਛੋਟੀਆਂ ਛੋਟੀਆਂ ਚੀਜ਼ਾਂ ਅਤੇ ਆਪਣੇ ਪੂਰਵਜਾਂ ਦਾ ਜ਼ਰੂਰ ਆਸ਼ੀਰਵਾਦ ਲਵੋ ਜੀ, ਤਾਂ ਕਿ ਆਉਣ ਵਾਲੇ ਅਗਲੇ ਸ਼ਰਾਧ ਤੱਕ ਤੁਹਾਡੀ ਜ਼ਿੰਦਗੀ ਹੀ ਬਦਲ ਜਾਵੇ। ਅਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।